ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦਾ ਸਾਨੀ ਹੋਰ ਕੋਈ ਦੁਨੀਆਂ ਵਿੱਚ ਨਜ਼ਰ ਨਹੀਂ ਆਉਂਦਾ। ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀਜੈ, ਜਿਨ੍ਹਾਂ ਨੇ ਗੁਰਸਿੱਖ ਵਿਦਵਾਨਾਂ ਨੇ ਤਾਰੀਫ ਤਾਂ ਕਰਨੀ ਹੀ ਕਰਨੀ ਸੀ, ਗੈਰ ਸਿੱਖ ਵਿਦਵਾਨਾਂ ਨੇ ਆਰੀਆ ਸਮਾਜੀ ਦਯਾਨੰਦ ਵਰਗਿਆਂ ਨੇ ਅੱਲਾ ਯਾਰ ਖਾਂ ਯੋਗੀ ਵਰਗੇ ਮੁਸਲਮਾਨਾਂ ਨੇ ਵੀ ਉਹ ਸੱਚੇ ਸਤਿਗੁਰੂ ਦੀ ਤਾਰੀਫ ਕੀਤੀ ਹੈ। ਕਲੀਆਂ ਵਾਲੇ ਪਾਤਸ਼ਾਹ ਦੇ ਵਿੱਚ ਇੰਨੇ ਮਹਾਨ ਗੁਣ ਸਨ ਜਿਨ੍ਹਾਂ ਦੇ ਬਾਰੇ ਜ਼ਿਕਰ ਕਰਨਾ ਬਹੁਤ ਔਖਾ ਹੈ। ਜੇ ਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿਣ ਹੀ ਲਈ ਹੈ। ਉਹ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ। 1699 ਦੀ ਵਿਸਾਖੀ ਨੂੰ ਖਾਲਸੇ ਪੰਥ ਦੀ ਸਿਰਜਣਾ ਕੀਤੀ ਅਤੇ ਇਸ ਦੇ ਨਾਲ ਨਾਲ ਬਾਣੀ ਤੇ ਬਾਣੀ ਦੀ ਰਹਿਤ ਖਾਲਸੇ ਨੂੰ ਬਖਸ਼ਿਸ਼ ਕੀਤੀ, ਧਰਮ ਯੁੱਧ ਬਖਸ਼ਿਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਬਖਸ਼ਿਸ਼ ਕੀਤੀ। ਇਸ ਦੇ ਨਾਲ ਨਾਲ 10 ਗ੍ਰੰਥ ਦੀ ਬਾਣੀ ਦੀ ਵੀ ਬਖਸ਼ਿਸ਼ ਕਲਗੀ ਤਰ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਦਾਨ ਕੀਤੀ। 10 ਗ੍ਰੰਥ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰਾ ਗ੍ਰੰਥ ਹੈ। ਕਿਉਂ? ਇਹਦੇ ਵਿੱਚ ਕੇਵਲ ਕਲਗੀ ਤਰ ਪਾਤਸ਼ਾਹ ਦੀ ਹੀ ਪਵਿੱਤਰ ਬਾਣੀ ਸੰਕਲਿਤ ਕੀਤੀ ਗਈ ਹੈ, ਕਿਸੇ ਹੋਰ ਕਵੀ ਦੀ ਨਹੀਂ। ਜਦੋਂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ 6 ਸਤਿਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ, 17 ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ ਵੀ ਲਿਖੀ ਗਈ ਹੈ। 10 ਗ੍ਰੰਥ ਦੇ ਅੰਦਰ ਕੇਵਲ ਕਲਗੀਧਰ ਪਾਤਸ਼ਾਹ ਦੀ ਆਪਣੀ ਹੀ ਬਾਣੀ ਹੈ। 10 ਗ੍ਰੰਥ ਦੇ ਵਿੱਚ 2 ਕਿਸਮ ਦੇ ਸਿਧਾਂਤ ਨੇ। ਇੱਕ ਤੇ ਸਵੈ ਮਤ ਅਨੁਵਾਦ ਬਾਣੀ ਹੈ, ਦੂਸਰੀ ਪਰਮਤ ਅਨੁਵਾਦ ਬਾਣੀ ਹੈ। ਹਜ਼ੂਰ ਨੇ ਜਿੱਥੇ ਅਕਾਲ ਉਸਤ ਦੀ ਰਚਨਾ ਕੀਤੀ ਉੱਥੇ ਨਾਲ ਚੰਡੀ ਦੀ ਵਾਰ, ਇਸੇ ਤਰ੍ਹਾਂ 24 ਅਵਤਾਰਾਂ ਦੀ ਕਥਾ ਤੇ ਨਾਲ ਹੀ 11 ਰੁਦਰ ਤੇ 7 ਬ੍ਰਹਮਾ ਦੇ ਅਵਤਾਰਾਂ ਦੀ ਕਥਾ ਵੀ ਲਿਖੀ। ਇਹ ਗੁਰਸਿੱਖ ਨੂੰ ਸੰਪੂਰਨ ਗਿਆਨ ਦੇਣ ਵਾਸਤੇ ਹੀ ਇਸ ਗ੍ਰੰਥ ਦੀ ਰਚਨਾ ਹੋਈ ਹੈ। ਸ਼ਸਤਰ ਨਾਮ ਵਾਲਾ ਪੁਰਾਣ ਵੀ ਲਿਖੀ ਹੈ। ਫਿਰ ਇਸ ਤੋਂ ਅੱਗੇ ਗੁਰੂ ਮਹਾਰਾਜ ਨੇ ਪਖਿਆਨ ਚਰਿੱਤਰ ਵੀ ਲਿਖੇ। ਗੁਰਸਿੱਖ ਨੂੰ ਕਲਗੀਧਰ ਪਾਤਸ਼ਾਹ ਨੇ ਹਰ ਪੱਖ ਤੋਂ ਸਾਵਧਾਨ ਕਰਨਾ ਸੀ। ਬਹੁਤ ਸਾਰੇ ਭੋਲੇ ਭਾਲੇ ਇਹੋ ਜਿਹੇ ਸਿੱਖ ਵੀ ਹਨ ਜਿਹੜੇ ਸਤਿਗੁਰੂ ਮਹਾਰਾਜ ਦੀ ਜੋ ਰਚਨਾ ਪਖਿਆਨ ਚਰਿੱਤਰ ਨੇ ਉਹਨਾਂ 'ਤੇ ਸ਼ੰਕਾ ਕਰਦੇ, ਉਹਨਾਂ 'ਤੇ ਤਰਕ ਵੀ ਕਰਦੇ ਹਨ, ਪਰ ਇਹ ਉਹਨਾਂ ਦੇ ਭੋਲੇਪਣ ਦਾ ਹੀ ਸਬੂਤ ਹੈ। ਅਤੇ ਕੁਛ 10 ਗ੍ਰੰਥ ਦੇ ਵਿਰੋਧੀ ਨੇ ਜਿਹੜੇ ਉਹਦੇ ਵਿੱਚੋਂ ਚੋਣਵੇਂ ਕੁਛ ਸ਼ਬਦਾਂ ਨੂੰ ਲੈ ਕੇ ਅਤੇ ਫਿਰ ਉਹ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰਦੇ ਹਨ। ਸੋਚਣ ਵਾਲੀ ਗੱਲ ਹੈ, ਸਾਡੇ ਸਮਾਜ ਦੀ ਇੱਕ ਪ੍ਰਥਾ ਹੈ, ਅਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਪਾਲਦੇ ਹਾਂ, ਪੜ੍ਹਾਉਂਦੇ ਹਾਂ। ਜਦੋਂ ਬੱਚੇ ਵੱਡੇ ਹੁੰਦੇ ਨੇ ਫਿਰ ਆਪਾਂ ਉਹਨਾਂ ਦਾ ਵਿਆਹ ਵੀ ਕਰ ਦਿੰਦੇ ਹਾਂ। ਜਦੋਂ ਬੱਚਿਆਂ ਦਾ ਵਿਆਹ ਹੋ ਜਾਂਦਾ, ਕਿਸੇ ਦੀ ਬੇਟੀ ਹੁੰਦੀ ਹੈ, ਕਿਸੇ ਦਾ ਬੇਟਾ ਹੁੰਦਾ,
ਉਸ ਤੋਂ ਬਾਅਦ ਜੋ ਕੁਝ ਵੀ ਉਹ ਕਰਦੇ ਨੇ ਉਹ ਇੱਕ ਪਰਦੇ ਦੇ ਵਿੱਚ ਹੀ ਸਾਰੀ ਚੀਜ਼ ਨੂੰ ਰੱਖਿਆ ਜਾਂਦਾ। ਮਾਤਾ ਪਿਤਾ ਵੀ ਕੋਈ ਹੋਰ ਸੀਨੀਅਰ ਮੈਂਬਰ ਵੀ ਉਹਦੇ ਬਾਰੇ ਬੱਚਿਆਂ ਨੂੰ ਪੁੱਛ ਨਹੀਂ ਸਕਦੇ, ਇਹ ਇੱਕ ਪਰਦਾ ਹੀ ਹੁੰਦਾ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਜਿਹੜੀ ਤ੍ਰਿਆ ਚਰਿੱਤਰਾਂ ਦੀ ਬਾਣੀ ਹੈ ਜੋ ਕਲਯੁੱਗ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਚਰਿੱਤਰ ਹੋ ਰਹੇ ਨੇ ਉਹਨਾਂ ਤੋਂ ਬਚਣ ਲਈ ਗੁਰੂ ਮਹਾਰਾਜ ਨੇ ਕੁਝ ਅਜਿਹੇ ਪ੍ਰਸੰਗ ਲਿਖੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਗੁਰਸਿੱਖ ਸੁਚੇਤ ਹੋ ਸਕਦਾ, ਆਉਣ ਵਾਲੇ ਖਤਰਿਆਂ ਤੋਂ ਧੋਖਿਆਂ ਤੋਂ ਬਚ ਸਕਦਾ। ਹੁਣ ਕਿਸੇ ਬੱਚੇ ਨੇ ਡਾਕਟਰ ਬਣਨਾ ਹੈ ਅਤੇ ਉਹਨੂੰ ਮਨੁੱਖੀ ਸਰੀਰ ਦੇ ਹਰ ਅੰਗ ਦੇ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੋ ਜਾਂਦੀ ਹੈ ਅਤੇ ਜਿਹੜੇ ਡਾਕਟਰ ਗੁਪਤ ਅੰਗਾਂ ਦੇ ਮਾਹਰ ਹੁੰਦੇ ਨੇ ਉਹਨਾਂ ਕੋਲ ਅਕਸਰ ਦੁਨੀਆ ਜਾਂਦੀ ਹੈ ਆਪਣਾ ਇਲਾਜ ਕਰਵਾਉਣ ਵਾਸਤੇ। ਕੋਈ ਉਹਨਾਂ ਨੂੰ ਇਹ ਨਹੀਂ ਆਖਦਾ ਇਹ ਕੋਈ ਲੱਚਰ ਜਾਂ ਕੋਈ ਇਹ ਮਾੜੇ ਆਦਮੀ, ਕਿਉਂਕਿ ਇਹ ਸਾਡੇ ਸਮਾਜ ਦਾ ਨਿਖੜਵਾਂ ਅੰਗ ਹੈ। ਇਸੇ ਲਈ ਗੁਰੂ ਮਹਾਰਾਜ ਨੇ ਕੁਛ ਰਚਨਾਵਾਂ ਐਸੀਆਂ ਰਚੀਆਂ ਨੇ ਜਿਨ੍ਹਾਂ ਨੂੰ ਗ੍ਰਸਥੀ ਗੁਰਸਿੱਖ ਪੜ੍ਹਨ, ਪਰ ਦੂਜਿਆਂ ਦੇ ਲਈ ਉਹ ਪੜ੍ਹਨਾ ਜ਼ਰੂਰੀ ਨਹੀਂ। ਗ੍ਰਸਥੀ ਗੁਰਸਿੱਖਾਂ ਲਈ ਪੜ੍ਹਨਾ ਇਸ ਵਾਸਤੇ ਜ਼ਰੂਰੀ ਹੈ ਤਾਂ ਕਿ ਜਿਹੜੇ ਹੋਣ ਵਾਲੇ ਧੋਖੇ ਨੇ ਉਹਨਾਂ ਤੋਂ ਬਚਿਆ ਜਾ ਸਕੇ, ਆਪਣੇ ਪਰਿਵਾਰ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਜਾ ਸਕੇ। ਇਸੇ ਕਾਰਨ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੀ ਰਚਨਾ ਰਚੀ ਹੈ। ਆਓ ਹੁਣ ਆਪਾਂ ਜਿਹਨੂੰ ਨੇਕ ਲੰਗ ਅਥਵਾ ਕਲਗੀ ਅਵਤਾਰ ਦੀ ਕਥਾ ਆਰੰਭ ਕੀਤੀ ਹੈ ਉਸ ਕਥਾ ਦੇ ਨਾਲ ਜੁੜੀਏ। ਇਸ ਕਥਾ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਕਲਗੀ ਅਵਤਾਰ ਨੂੰ ਵਿਸ਼ਨੂੰ ਦਾ 24ਵਾਂ ਅਵਤਾਰ ਹੋਣਾ ਉਹਦੀ ਪਹਿਲਾਂ ਹੀ ਗਰੀਬਨ ਵਾਰ ਸਤਿਗੁਰੂ ਜੀ ਨੇ ਸਾਰੀ ਕਥਾ ਖੋਲ੍ਹ ਕੇ ਬਿਆਨ ਕੀਤੀ ਹੈ। ਉਹਦੇ ਆਉਣ ਤੋਂ ਪਹਿਲਾਂ ਸੰਸਾਰ ਦੀ ਸਮਾਜ ਦੀ ਕਿਹੋ ਜਿਹੀ ਦਸ਼ਾ ਹੋਵੇਗੀ ਉਹਦੇ ਲਈ ਵੀ ਵਿਸਤਾਰ ਪੂਰਵਕ ਚਾਨਣਾ ਪਾਇਆ। ਫਿਰ ਕਲਗੀਧਰ ਪਾਤਸ਼ਾਹ ਨੇ ਜਿੱਥੇ ਉਸਨੇ ਪ੍ਰਗਟ ਹੋਣਾ ਅਲ ਭਾਵ ਪਿਆ ਇਹ ਸੰਭਲ ਕੇ ਹਰਜੂ ਹਰਿਮੰਦਰ ਆਵੇਗੇ ਉਸ ਜਗ੍ਹਾ ਸ਼ਹਿਰ ਇਲਾਕੇ ਦਾ ਨਾਮ ਵੀ ਦੱਸ ਦਿੱਤਾ। ਫਿਰ ਉਸ ਕਲਗੀ ਅਵਤਾਰ ਦੇ ਜੰਗ ਦੀ ਕਥਾ ਗੁਰੂ ਮਹਾਰਾਜ ਨੇ ਬੜੇ ਚਾਅ ਅਤੇ ਉਮਾਹ ਦੇ ਨਾਲ ਬੜੇ ਖੁੱਲ੍ਹੇ ਦਿਲ ਦੇ ਨਾਲ ਅਲੌਕਿਕ ਕਾਵਿ ਰਚਨਾ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਛੰਦ ਰਚ ਕੇ ਬੜੇ ਸੁੰਦਰ ਢੰਗ ਦੇ ਨਾਲ ਬਿਆਨ ਕੀਤੀ ਹੈ। ਕੱਲ੍ਹ ਤੋਂ ਸੰਗੀਤ ਭੁਜੰਗ ਪ੍ਰਿਆਤ ਛੰਦ ਆਰੰਭ ਹੋਇਆ ਹੈ। ਇਸ ਛੰਦ ਦੇ ਅੰਦਰ ਕਲਗੀਧਰ ਪਾਤਸ਼ਾਹ ਨੇ ਸੁੰਬਲ ਨਰੇਸ਼ ਦੇ ਕਲਗੀ ਅਵਤਾਰ ਦੇ ਜੰਗ ਦੀ ਕਥਾ ਲਿਖੀ ਹੈ। ਲੋ ਕਿਵੇਂ ਜੰਗ ਦੇ ਵਿੱਚ ਮਰਦੰਗ ਨਗਾਰੇ ਅਤੇ ਤਬਲਿਆਂ ਦੇ ਤਾਲ ਵੱਜਦੇ ਨੇ ਅਤੇ ਉਹਦੇ ਨਾਲ ਹੀ ਗੁਰੂ ਮਹਾਰਾਜ ਨੇ ਛੰਦਾਂ ਦੀ ਚਾਲ ਅਤੇ ਉਹ ਸ਼ਬਦ ਵਰਤੇ ਨੇ ਜਿਵੇਂ ਕਿ ਆਪ ਸੰਗਤਾਂ ਸਰਵਣ ਕਰ ਰਹੇ ਹੋ ਅਤੇ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਗੜਦੰਗ ਖੂਨੀ ਖਿਆਗੜਦੰਗ ਖੇਤੋਂ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਕਾਗੜਦੰਗ ਖੂਨੀ। ਕਾਗੜਦੰਗ ਦਾ ਅਰਥ ਹੈ ਇਹ ਮਰਦੰਗ ਦਾ ਤਬਲੇ ਦਾ ਤਾਲ ਹੈ ਬੋਲ ਹੈ। ਖੂਨੀ ਦਾ ਅਰਥ ਹੈ ਜਿਹੜੇ ਖੂਨ ਡੋਲਣ ਵਾਲੇ। ਖਿਆਦੜਦੰਗ ਖੇਤੰ ਮੈਦਾਨੇ ਜਾਂਦੇ। ਕਾਗੜਦੰਗ ਦਾ ਅਰਥ ਹੈ ਖੂਨੀ ਅਤੇ ਖਾਗੜਦੰਗ ਦਾ ਅਰਥ ਹੈ ਮੈਦਾਨੇ ਜੰਗ ਦੇ ਵਿੱਚ। ਚਾਗੜਦੰਗ ਤੂਜਾ ਆਗੜਦੰਗ ਅਚੇਤੋਂ ਚਾਗੜਦੰਗ ਦਾ ਅਰਥ ਹੈ ਬਈ ਉਹ ਸੂਰਮੇ ਜੰਗ ਦੇ ਵਿੱਚ ਜੂਝਦੇ ਨੇ ਆਹਮੋ ਸਾਹਮਣੇ ਹੋ ਕੇ ਲੜਦੇ ਨੇ। ਆਗੜਦੰਗ ਅਚੇਤਨ ਤੇ ਲੜਦਿਆਂ ਲੜਦਿਆਂ
ਆਗੜਦੰਗ ਦੇ ਬੋਲ ਦੁਆਰਾ ਹਜ਼ੂਰ ਕਹਿੰਦੇ ਨੇ ਸੂਰਮੇ ਅਚੇਤਨ ਅਚੇਤ ਹੋ ਜਾਂਦੇ ਨੇ, ਬੇਹੋਸ਼ ਹੋ ਜਾਂਦੇ ਨੇ। ਕਈ ਵਾਰੀ ਲੜਦਿਆਂ ਲੜਦਿਆਂ ਜਦੋਂ ਕੋਈ ਕਾਉ ਲੱਗਦਾ ਹੈ, ਚੱਕਰ ਆਉਂਦੇ ਨੇ, ਬੇਸੁਰਤ ਹੋ ਜਾਂਦੇ ਹਨ। ਆਗੜਦੰਗ ਉੱਠੇ ਕਾਗੜਦੰਗ ਕੋਪੇ, ਫਿਰ ਜਦੋਂ ਹੋਸ਼ ਆਉਂਦੀ ਹੈ ਆਗੜਦੰਗ ਤੇ ਨਾਲ ਤਾਲ ਵੱਜਦੇ ਨੇ ਤੇ ਸੂਰਮੇ ਬੇਹੋਸ਼ ਹੋਏ ਉੱਠ ਖਲੋਂਦੇ ਨੇ। ਕਾਗੜਦੰਗ ਕੋਪੇ, ਕਾਗੜਦੰਗ ਜਦੋਂ ਤਾਲ ਵੱਜਦਾ ਤੇ ਸੂਰਮੇ ਕੋਪੇ ਕ੍ਰੋਧਵਾਨ ਹੋ ਜਾਂਦੇ ਹਨ, ਗੁੱਸੇ ਵਿੱਚ ਭਰ ਜਾਂਦੇ ਹਨ। ਡਾਗੜਦੰਗ ਡਾਰੈ ਧਾਗੜਦੰਗ ਧੋਪੇ, ਡਾਗੜਦੰਗ ਤਾਲ ਦੁਆਰਾ ਸੂਰਮੇ ਡਾਰੇ ਵਾਰ ਕਰਦੇ ਹਨ ਤੇ ਜਾਂ ਦੁਸ਼ਮਣ ਨੂੰ ਧਰਤੀ ਤੇ ਸੁੱਟ ਦਿੰਦੇ ਨੇ। ਧਾਗੜਦੰਗ ਧੋਪੇ ਤੇ ਧਾਗੜਦੰਗ ਦਾ ਅਰਥ ਹੈ, ਧਾਗੜਦੰਗ ਤਾਲ ਦੁਆਰਾ ਧੋਪੇ ਦਾ ਅਰਥ ਹੈ ਜਿਹੜੀ ਲੰਬੀ ਕਿਰਪਾਨ ਹੱਥ ਵਿੱਚ ਲੈ ਕੇ ਜੰਗ ਕਰਦੇ ਨੇ, ਉਸ ਤਲਵਾਰ ਦਾ ਵਾਰ ਕਰਕੇ ਦੁਸ਼ਮਣ ਨੂੰ ਧਰਤੀ ਕੇ ਸੁੱਟ ਦਿੰਦੇ ਹਨ। ਨਾਗੜਦੰਗ ਨਾਚੇ ਰਾਗੜਦੰਗ ਰੁਦਰਾਂ, ਤੇ ਨਾਗੜਦੰਗ ਤਾਲ ਦੁਆਰਾ ਕਵੀ ਜੀ ਲਿਖਦੇ ਨੇ, ਨਾਚਨ ਨੱਚਣ ਲੱਗ ਪਏ। ਕੌਣ? ਰਾਗੜਦੰਗ ਰੁਦਰੰ, ਰਾਗੜਦੰਗ ਫਿਰ ਮਰਦੰਗ ਦਾ ਤਬਲੇ ਦਾ ਤਾਲ ਹੈ, ਰੁਦਰੰਗ ਦਾ ਅਰਥ ਹੈ ਸ਼ਿਵ ਜੀ ਭਗਵਾਨ। ਇਹ ਸ਼ਿਵ ਜੀ ਜੰਗ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਜਦੋਂ ਕਲਕੀ ਦੇ ਸਭਲ ਨਰੇਸ਼ ਦਾ ਕਮਸਾਨ ਦਾ ਜੰਗ ਹੋ ਰਿਹਾ ਹੈ ਤੇ ਸ਼ਿਵ ਜੀ ਖੁਸ਼ੀ ਦੇ ਵਿੱਚ ਨੱਚ ਰਿਹਾ ਹੈ। ਭਾਗੜਦੰਗ ਪਾਜੇ ਚਾਗੜਦੰਗ ਚੋਦਰਾਂ, ਤੇ ਭਾਗੜਦੰਗ ਤਾਲ ਦੁਆਰਾ ਕਈ ਸੂਰਬੀਰ ਡਰਦੇ ਮਾਰੇ ਭੱਜ ਜਾਂਦੇ ਨੇ। ਕਿਹੜੇ ਭੱਜਦੇ ਨੇ? ਸ਼ਾਗੜਦੰਗ ਸ਼ੁਦਰੰਗ, ਸ਼ਾਗੜਦੰਗ ਬੋਲ ਦੁਆਰਾ ਕਵੀ ਸਤਿਗੁਰੂ ਜੀ ਫਰਮਾਉਂਦੇ ਨੇ, ਸ਼ੁਦਰੰਗ ਜਿਹੜੇ ਛੋਟੇ ਦਿਲ ਵਾਲੇ, ਛੋਟੇ ਜਿਗਰੇ ਵਾਲੇ ਨੇ, ਕੈਰ ਨੇ, ਡਰਪੋਗ ਨੇ, ਉਹ ਸੂਰਮੇ ਮੈਦਾਨ ਛੱਡ ਕੇ ਭੱਜ ਜਾਂਦੇ ਹਨ। ਜਾਗੜਦੰਗ ਜੁਝੇ ਵਾਗੜਦੰਗ ਵੀਰਾਂ, ਜਾਗੜਦੰਗ ਤਾਲ ਦੁਆਰਾ ਸਤਿਗੁਰੂ ਆਖਦੇ ਨੇ ਜੁਝੇ, ਸੂਰਮੇ ਸਾਹਮਣੇ ਹੋ ਕੇ ਜੂਝਦੇ ਨੇ, ਆਹਮੋ ਸਾਹਮਣੇ ਹੋ ਕੇ ਲੜਦੇ ਨੇ। ਵਾਗੜਦੰਗ ਵੀਰੰ ਤੇ ਵਾਗੜਦੰਗ ਤਾਲ ਦੁਆਰਾ ਵੀਰੰ ਦਾ ਅਰਥ ਹੈ ਜਿਹੜੇ ਰਥੀ ਮਹਾਰਥੀ ਅਤਰਥੀ ਸੂਰਮੇ ਹਨ। ਲਾਗੜਦੰਗ ਲਾਗੇ ਤਾਗੜਦੰਗ ਤੀਰਾਂ, ਤੇ ਲਾਗੜਦੰਗ ਤਾਲ ਦੁਆਰਾ ਸਤਿਗੁਰੂ ਆਖਦੇ ਨੇ ਲਾਗੇ, ਉਹਨਾਂ ਨੂੰ ਲੱਗਦੇ ਨੇ, ਵੱਜਦੇ ਨੇ। ਕੀ ਵੱਜਦੇ ਨੇ? ਤਾਗੜਦੰਗ ਤੀਰਾਂ। ਤਾਗੜਦੰਗ ਦਾ ਅਰਥ ਹੈ ਤਾੜ ਤਾੜ ਕਰਕੇ ਉਹਨਾਂ ਨੂੰ ਤੀਰ ਵੱਜਦੇ ਹਨ। ਰਾਗੜਦੰਗ ਰੁੱਝੇ ਸਾਗੜਦੰਗ ਸੂਰਾਂ, ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ ਰਾਗੜਦੰਗ ਤਾਲ ਦੁਆਰਾ ਆਖਦੇ ਨੇ ਸੂਰਮੇ ਆਪਸ ਵਿੱਚ ਰੁੱਝੇ ਦਾ ਅਰਥ ਹੈ ਉਲਝ ਜਾਂਦੇ ਹਨ। ਸਾਗੜਦੰਗ ਸੂਰੰਗ ਤੇ ਸਾਗੜਦੰਗ ਤਾਲ ਦੁਆਰਾ ਬੋਲ ਦੁਆਰਾ ਸਤਿਗੁਰੂ ਆਖਦੇ ਨੇ ਜਿਹੜੇ ਸੂਰਬੀਰ ਯੋਧੇ ਹਨ। ਕਾਗੜਦੰਗ ਘੁੰਮੇ ਹਾਗੜਦੰਗ ਹੋਰਾਂ, ਤੇ ਕਾਗੜਦੰਗ ਤਾਲ ਦੁਆਰਾ ਸ਼ਬਦ ਦੁਆਰਾ ਹਜ਼ੂਰ ਕਹਿੰਦੇ ਨੇ ਘੁੰਮੀ, ਵੀ ਉਹ ਹੁਣ ਚੱਕਰ ਲਾਉਣ ਲੱਗ ਪਈਆਂ ਨੇ। ਕੌਣ? ਹਾਗੜਦੰਗ ਹੋਰੰਗ। ਹਾਗੜਦੰਗ ਤਾਲ ਦੁਆਰਾ ਕਵੀ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਹੜੀਆਂ ਹੋਰੰਗ ਦਾ ਅਰਥ ਹੈ ਸਵਰਗ ਦੀਆਂ ਹੋਰਾਂ ਨੇ, ਅਪਛਰਾਂ ਨੇ, ਜਿਹੜੀਆਂ ਦੇਵ ਇਸਤਰੀਆਂ ਨੇ, ਉਹ ਮੈਦਾਨੇ ਜੰਗ ਦੇ ਵਿੱਚ ਚੱਕਰ ਲਾ ਰਹੀਆਂ ਹਨ। ਤਾਗੜਦੰਗ ਤੱਕੇ ਜਾਗੜਦੰਗ ਜਵਾਨ, ਉਹ ਕਾਹਦੇ ਲਈ ਜੰਗ ਦੇ ਵਿੱਚ ਫਿਰਦੀਆਂ ਨੇ? ਤਾਗੜਦੰਗ ਤਾਲ ਦੁਆਰਾ ਹਜ਼ੂਰ ਆਖਦੇ ਨੇ ਉਹ ਵੇਖਦੀਆਂ ਨੇ, ਜਾਗੜਦੰਗ ਜਵਾਨ, ਜਾਗੜਦੰਗ ਬੋਲ ਦੁਆਰਾ ਵੀ ਜਿਹੜੇ ਸੂਰਬੀਰ ਮਰਦ ਮੈਦਾਨੇ ਜੰਗ ਦੇ ਵਿੱਚ ਜੂਝ ਰਹੇ ਹਨ। ਮਾਗੜਦੰਗ ਉਹੀ ਤਾਗੜਦੰਗ ਤਨ, ਮਾਗੜਦੰਗ ਤਾਲ ਦੁਆਰਾ ਸਤਿਗੁਰੂ ਕਹਿੰਦੇ ਨੇ ਅਪਛਰਾਂ ਸੂਰਮਿਆਂ ਤੇ ਮੋਹਤ ਹੋ ਰਹੀਆਂ ਨੇ। ਤਾਗੜਦੰਗ ਤਨ, ਤਾਗੜਦੰਗ ਤਾਲ ਦੁਆਰਾ ਕਵੀ ਜੀ ਆਖਦੇ ਨੇ, ਤਨ ਦਾ ਅਰਥ ਹੈ ਜਿਹੜੇ ਤਨ ਉਹਨਾਂ ਸੂਰਬੀਰਾਂ ਦੇ ਜਿਹੜੇ ਅੱਗੇ ਹੋ ਕੇ ਜੂਝਦੇ ਨੇ, ਸ਼ਹੀਦੀ ਦਾ ਜਾਮ ਪੀਂਦੇ ਹਨ। ਦਾਗੜਦੰਗ ਦੇਖਾ ਰਾਗੜਦੰਗ ਰੂਪਾਂ, ਤੇ ਦਾਗੜਦੰਗ ਤਾਲ ਦੁਆਰਾ ਕਵੀ ਜੀ ਆਖਦੇ ਨੇ ਉਹ ਸੂਰਬੀਰਾਂ ਨੂੰ ਦੇਖਦੀਆਂ ਨੇ। ਰਾਗੜਦੰਗ ਰੂਪਾਂ, ਕਿਹੜੇ ਸੂਰਬੀਰਾਂ ਨੂੰ ਦੇਖਦੀਆਂ ਨੇ? ਰਾਗੜਦੰਗ ਤਾਲ ਦੁਆਰਾ ਕਲਗੀਧਰ ਪਾਤਸ਼ਾਹ ਕਵੀ ਜੀ ਆਖਦੇ ਨੇ ਜਿਹੜੇ ਰੂਪਮ ਬਹੁਤ ਸੁੰਦਰ ਰੂਪ ਵਾਲੇ ਹਨ। ਪਾਗੜਦੰਗ ਪ੍ਰੇਮੋ ਰਾਗੜਦੰਗ ਰੂਪਮ, ਤੇ ਪਾਗੜਦੰਗ ਤਾਲ ਦੁਆਰਾ ਕਵੀ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰੇਮਨ, ਉਹ ਜਿਹੜਾ ਪ੍ਰੇਮ ਹੈ ਕਾਗੜਦੰਗ ਕੂਪਮ, ਕਾਗੜਦੰਗ ਤਾਲ ਦੁਆਰਾ ਆਖਦੇ ਨੇ ਕੂਪਮ ਦਾ ਅਰਥ ਹੁੰਦਾ ਖੂਹ, ਉਹ ਜਿਹੜਾ ਪ੍ਰੇਮ ਦਾ ਖੂਹ ਹੈ ਉਹਦੇ ਵਿੱਚ ਉਹ ਮਸਤ ਹੋ ਜਾਂਦੀਆਂ ਹਨ।
ਡਾਕੜਦੰਗ ਡੁੱਬੇ ਪਾਪੜਦੰਗ ਪਿਆਰੇ। ਲੋਕ ਕਵੀ ਸਤਿਗੁਰੂ ਦੀ ਰਚਨਾ ਵੀ ਕਮਾਲ ਦੀ ਹੈ ਤੇ ਨਾਲ ਜਿਵੇਂ ਜੰਗ ਦੇ ਵਿੱਚ ਜੰਗੀ ਵਾਜੇ ਵੱਜਦੇ ਨੇ, ਨਗਾਰਿਆਂ ਤੇ ਚੋਟਾਂ ਪੈਂਦੀਆਂ ਨੇ, ਢੋਲ ਨਗਾਰੇ ਵੱਜਦੇ ਨੇ, ਮਰਦੰਗ ਵੱਜਦੇ ਨੇ ਤੇ ਨਾਲ ਉਹਨਾਂ ਦੀ ਆਵਾਜ਼ ਵੀ ਨਾਲ ਹੀ ਜਿਵੇਂ ਨਿਕਲਦੀ ਆ ਤੇ ਕਵਿਤਾ ਦੇ ਵਿੱਚ ਉਸ ਨੂੰ ਕਲਮ ਬੰਦ ਕਰ ਰਹੇ ਨੇ। ਗਰੀਬਨ ਵਾਜ ਸਤਿਗੁਰੂ ਜੀ ਆਖਦੇ ਨੇ ਜਿਹੜੀਆਂ ਹੋਰਾਂ ਨੇ ਭਰੀਆਂ ਨੇ, ਡਾਗੜ ਦੰਗ ਡੁੱਬੀ ਪਾਗੜ ਦੰਗ ਪਿਆਰੀ। ਉਹ ਡਾਗੜ ਦੰਗ ਦਾ ਅਰਥ ਹੈ ਉਹ ਡੁੱਬ ਗਈਆਂ ਨੇ, ਪਾਗੜ ਦੰਗ ਪਿਆਰੀ। ਪਾਗੜ ਦੰਗ ਤਾਲ ਦੁਆਰਾ ਕਹਿੰਦੇ ਨੇ ਜਿਹੜੀਆਂ ਪਿਆਰ ਵਾਲੀਆਂ ਪਰੀਆਂ ਨੇ ਉਹ ਸੂਰ ਪੀਰਾਂ ਦੇ ਪ੍ਰੇਮ ਦੇ ਖੂਹ ਦੇ ਵਿੱਚ ਡੁੱਬ ਗਈਆਂ ਹਨ। ਪਾਗੜ ਦੰਗ ਕਾਮੂ ਮਾਗੜ ਦੰਗ ਮਾਰੇ। ਕਾਹ ਤੋਂ ਐਸਾ ਹੋ ਰਿਹਾ ਹੈ? ਕਾਗੜ ਦੰਗ ਤਾਲ ਦੁਆਰਾ ਸਤਿਗੁਰੂ ਆਖਦੇ ਨੇ ਕਾਮਨ ਦਾ ਅਰਥ ਹੈ ਜਿਹੜੀ ਉਹਨਾਂ ਦੇ ਅੰਦਰ ਵਾਸ਼ਨਾ ਹੈ। ਮਾਗੜ ਦੰਗ ਮਾਰੀ, ਮਾਗੜ ਦੰਗ ਤਾਲ ਦੁਆਰਾ ਆਖਦੇ ਨੇ ਉਹ ਕਾਮ ਵਾਸ਼ਨਾ ਦੀਆਂ ਮਾਰੀਆਂ ਹੋਈਆਂ ਜਿਹੜੇ ਸੋਹਣੇ ਸੂਰਬੀਰ ਯੋਧੇ ਨੇ ਉਹਨਾਂ ਦੇ ਪ੍ਰੇਮ ਦੇ ਖੂਹ ਦੇ ਵਿੱਚ ਡੁੱਬ ਚੁੱਕੀਆਂ ਹਨ। ਮਾਗੜ ਦੰਗ ਮੋਹੀ ਪਾਗੜ ਦੰਗ ਬਾਲਾ। ਮਾਗੜ ਦੰਗ ਤਾਲ ਦੁਆਰਾ ਕਵੀ ਸਤਿਗੁਰੂ ਜੀ ਫਰਮਾਉਂਦੇ ਨੇ ਉਹ ਪਰੀਆਂ ਮੋਹਤ ਹੋ ਗਈਆਂ ਨੇ। ਬਾਗੜ ਦੰਗ ਬਾਲਾ, ਬਾਗੜ ਦੰਗ ਤਾਲ ਦੁਆਰਾ ਆਖਦੇ ਨੇ ਜਿਹੜੀਆਂ ਬਾਲਾ ਉਹ ਦੇਵ ਇਸਤਰੀਆਂ ਹਨ। ਰਾਗੜ ਦੰਗ ਰੂਪੋਂ ਆਗੜ ਦੰਗ ਉਜਾਲਾ। ਰਾਗੜ ਦੰਗ ਸ਼ਬਦ ਦੁਆਰਾ ਤਾਲ ਦੁਆਰਾ ਹਜ਼ੂਰ ਕਹਿੰਦੇ ਨੇ ਵੀ ਉਹਨਾਂ ਦਾ ਬਹੁਤ ਸੁੰਦਰ ਰੂਪ ਹੈ। ਆਗੜ ਦੰਗ ਉਜਾਲਾ ਤੇ ਆਗੜ ਦੰਗ ਤਾਲ ਦੁਆਰਾ ਕਹਿੰਦੇ ਨੇ ਉਹਨਾਂ ਦੇ ਚਿਹਰੇ ਤੇ ਉਜਾਲਾ ਬੜਾ ਜਾਹੋ ਜਲਾਲ ਸੁੰਦਰਤਾ ਦਾ ਚਮਕ ਰਿਹਾ ਹੈ। ਦਾਗੜ ਦੰਗ ਦੇਖਿਆ ਸਾਗੜ ਦੰਗ ਸੂਰਾਂ। ਤੇ ਦਾਗੜ ਦੰਗ ਤਾਲ ਦੁਆਰਾ ਆਖਦੇ ਨੇ ਉਹ ਪਰੀਆਂ ਦੇਖਦੀਆਂ ਨੇ, ਕੀ ਦੇਖਦੀਆਂ ਨੇ? ਸਾਗੜ ਦੰਗ ਸੂਰ। ਸਾਗੜ ਦੰਗ ਤਾਲ ਦੁਆਰਾ ਕਹਿੰਦੇ ਨੇ ਜਿਹੜੇ ਚੰਗੇ ਚੰਗੇ ਸੂਰਬੀਰ ਯੋਧੇ ਅੱਗੇ ਹੋ ਕੇ ਛਾਤੀਆਂ ਡਾਹ ਕੇ ਲੜਦੇ ਨੇ, ਸ਼ਹੀਦੀ ਦਾ ਜਾਮ ਪੀਂਦੇ ਨੇ, ਉਹਨਾਂ ਨੂੰ ਵੇਖ ਰਹੀਆਂ ਹਨ। ਬਾਗੜ ਦੰਗ ਵਾਜੇ ਤਾਗੜ ਦੰਗ ਤੂਰਾਂ। ਤੇ ਬਾਗੜ ਦੰਗ ਤਾਲ ਦੁਆਰਾ ਆਖਦੇ ਨੇ ਵੱਜ ਰਹੇ ਨੇ। ਤਾਗੜ ਦੰਗ ਤਾਲ ਦੁਆਰਾ ਕੀ ਤੂਰੰ ਜਿਹੜੇ ਜੰਗੀ ਵਾਜੇ ਨੇ, ਤੂਰ ਵਾਜੇ ਨੂੰ ਕਹਿੰਦੇ ਨੇ, ਵਾਜੇ ਅਨਹਾ ਤੂਰੇ। ਤੇ ਇਸ ਤਰ੍ਹਾਂ ਜਿਹੜੇ ਜੰਗੀ ਵਾਜੇ ਵੱਜ ਰਹੇ ਨੇ ਤੇ ਅਪਸ਼ਰਾਂ ਸੂਰਬੀਰ ਯੋਧਿਆਂ ਨੂੰ ਤੱਕ ਰਹੀਆਂ ਹਨ। ਰਾਗੜ ਦੰਗ ਰੂਪੋਂ ਤਾਗੜ ਦੰਗ ਕਾਮੋਂ। ਰਾਗੜ ਦੰਗ ਤਾਲ ਦੁਆਰਾ ਹਜ਼ੂਰ ਕਹਿੰਦੇ ਨੇ ਜਿਹੜੀਆਂ ਬਹੁਤ ਸੁੰਦਰ ਰੂਪ ਵਾਲੀਆਂ ਨੇ। ਤੇ ਕਾਗੜ ਦੰਗ ਕਾਮੋਂ। ਕਾਗੜ ਦੰਗ ਤਾਲ ਦੁਆਰਾ ਆਖਦੇ ਨੇ ਜਿਹੜੀਆਂ ਕਾਉਂ ਵਾਲੀਆਂ ਬੜੀਆਂ ਸੁੰਦਰ ਖੂਬਸੂਰਤ ਹਨ। ਨਾਗੜ ਦੰਗ ਨੱਚੇ ਬਾਗੜ ਦੰਗ ਪਾਮੋਂ। ਤੇ ਨਾਗੜ ਦੰਗ ਤਾਲ ਦੁਆਰਾ ਆਖਦੇ ਨੇ ਨੱਚ ਰਹੀਆਂ ਨੇ ਜੰਗ ਦੇ ਵਿੱਚ ਕਾਉਂ ਬਾਗੜ ਦੰਗ ਬਾਮੋਂ। ਬਾਗੜ ਦੰਗ ਤਾਲ ਦੁਆਰਾ ਕਹਿੰਦੇ ਨੇ ਜਿਹੜੀਆਂ ਉਹ ਬਾਮ ਦੇਵ ਭਰੀਆਂ ਨੇ, ਦੇਵਤਿਆਂ ਦੀਆਂ ਪਛੜਾਂ ਹਨ। ਰਾਗੜ ਦੰਗ ਰੀਜੇ ਸਾਗੜ ਦੰਗ ਸੂਰਾਂ। ਗਰੀਬਨ ਵਾਜ ਸਤਿਗੁਰੂ ਜੀ ਆਖਦੇ ਨੇ ਰਾਗੜ ਦੰਗ ਦੇ ਸੰਗੀਤਕ ਸ਼ਬਦ ਨੇ, ਇਹਨਾਂ ਦਾ ਕੋਈ ਖਾਸ ਸਾਰਥਕ ਅਰਥ ਤੇ ਨਹੀਂ ਨਿਕਲਦਾ, ਧੁਨੀਆਂ ਹੀ ਹੁੰਦੀ ਹੈ। ਉਸ ਧੁਨੀ ਨੂੰ ਸਤਿਗੁਰੂ ਪ੍ਰਗਟ ਕਰ ਰਹੇ ਨੇ ਕਾਵ ਦੇ ਵਿੱਚ ਰਾਗੜ ਦੰਗ ਰੀਜੇ। ਰਾਗੜ ਦੰਗ ਤਾਲ ਦੁਆਰਾ ਆਖਦੇ ਨੇ, ਰੀਜੇ ਦਾ ਅਰਥ ਉਹ ਪ੍ਰਸੰਨ ਹੁੰਦੀਆਂ ਨੇ। ਸਾਗੜ ਦੰਗ ਸੂਰੰ ਕਿਵੇਂ? ਸਾਗੜ ਦੰਗ ਤਾਲ ਦੁਆਰਾ ਆਖਦੇ ਨੇ ਜਿਹੜੇ ਸੂਰਬੀਰ ਯੋਧੇ ਨੇ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀਆਂ ਹਨ। ਬਾਗੜ ਦੰਗ ਪਿਆ ਹੈ ਹਾਗੜ ਦੰਗ ਹੋਰਾਂ। ਅਥਵਾ ਜਿਹੜੇ ਸੂਰਮੇ ਨੇ ਉਹਨਾਂ ਪਛੜਾਂ ਨੂੰ ਪਰੀਆਂ ਨੂੰ ਦੇਖ ਕੇ ਉਹ ਵੀ ਬੜੇ ਪ੍ਰਸੰਨ ਹੁੰਦੇ ਨੇ। ਬਾਗੜ ਦੰਗ ਤਾਲ ਦੁਆਰਾ ਆਖਦੇ ਨੇ ਕਵੀ ਕਲਗੀਧਰ ਪਾਤਸ਼ਾਹ ਜੀ, ਸੂਰਮੇ ਉਹਨਾਂ ਨੂੰ ਵਿਆਹੁੰਦੇ ਨੇ, ਕਿਹਨਾਂ ਨੂੰ? ਹਾਗੜ ਦੰਗ ਹੋਰਾਂ। ਹਾਗੜ ਦੰਗ ਇਹ ਇੱਕ ਸੰਗੀਤ ਦਾ ਧੁਨੀ ਹੈ, ਇੱਕ ਸ਼ਬਦ ਹੈ। ਹਾਗੜ ਦੰਗ ਹੋਰੰ, ਹੋਰੰ ਦਾ ਅਰਥ ਹੈ ਪਛੜਾਂ। ਜਿਹੜੀਆਂ ਦੇਵ ਲੋਕ ਦੀਆਂ ਇਸਤਰੀਆਂ ਨੇ, ਪਰੀਆਂ ਨੇ, ਉਹਨਾਂ ਨੂੰ ਸੂਰਬੀਰ ਵਿਆਹ ਰਹੇ ਹਨ। ਪਾਗੜ ਦੰਗ ਕੋਪਾ ਪਾਗੜ ਦੰਗ ਭੋਪਾ। ਲੋਕ ਕਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਵੀ ਜਿਹੜਾ ਉਸ ਵੇਲੇ ਦਾ ਸੰਭਲ ਨਰੇਸ਼ ਰਾਜਾ ਸੀ ਤੇ ਉਹ ਕੋਪਾ ਗੁੱਸੇ ਵਿੱਚ ਆਇਆ। ਪਾਗੜ ਦੰਗ ਭੋਪਾ, ਪਾਗੜ ਦੰਗ ਤਾਲ ਦੁਆਰਾ ਸ਼ਬਦ ਦੁਆਰਾ ਆਖਦੇ ਨੇ ਜਿਹੜਾ ਭੂਪੰਗ ਰਾਜਾ ਸੀ, ਸੰਭਲ ਦੇਸ਼ ਦਾ ਰਾਜਾ ਸੀ, ਉਹ ਬੜੇ ਕ੍ਰੋਧ ਵਿੱਚ ਆਇਆ। ਪਾਗੜ ਦੰਗ ਕਾਲੋਂ ਰਾਗੜ ਦੰਗ ਰੂਪੋਂ। ਤੇ ਪਾਗੜ ਦੰਗ ਤਾਲ ਦੁਆਰਾ ਸ਼ਬਦ ਦੁਆਰਾ ਆਖਦੇ ਨੇ ਮਾਨੋ ਉਹਨੇ ਕਾਲ ਦਾ ਹੀ ਰਾਗੜ ਦੰਗ ਰੂਪੰਗ, ਰਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਉਹਨੇ ਰੂਪ ਧਾਰਨ ਕਰ ਲਿਆ। ਭਾਵ ਜਦੋਂ ਸੰਭਲ ਨਰੇਸ਼ ਗੁੱਸੇ ਵਿੱਚ ਆਇਆ,
ਤੇ ਉਹਦਾ ਜਿਹੜਾ ਚਿਹਰਾ ਬੜਾ ਡਰਾਉਣਾ ਬਣ ਗਿਆ ਤੇ ਜਿਵੇਂ ਜਮਦੂਤ ਹੋਵੇ ਕਾਲ ਦਾ ਫਰਿਸ਼ਤਾ ਹੋਵੇ। ਰਾਗੜ ਦੰਗ ਸ਼ਬਦ ਦੁਆਰਾ ਕਵੀ ਸਤਿਗੁਰੂ ਜੀ ਆਖਦੇ ਨੇ ਰੋਸਨ ਉਹ ਬੜੇ ਗੁੱਸੇ ਵਿੱਚ ਭਰਿਆ ਹੋਇਆ। ਧਾਗੜ ਦੰਗ ਤਾਇਓ ਧਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਉਸਨੇ ਕਲਕੀ ਅਵਤਾਰ ਤੇ ਹਮਲਾ ਕਰ ਦਿੱਤਾ। ਚਾਗੜ ਦੰਗ ਵਾਦੇ ਬਾਂਦੇ ਚਲਿਓ ਚੁੰਗ ਆਇਓ। ਚਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਉਹਨੇ ਬੰਨ ਕੇ ਕੀ ਬੰਨ ਕੇ ਚਲਿਓ ਚੁੰਗ ਆਇਓ ਵੀ ਸੋਹਣਾ ਫੌਜ ਦਾ ਚੁੰਗ ਜਥਾ ਬੰਨ ਕੇ ਭਾਵ ਸਾਰੀ ਫੌਜ ਦੀ ਕਤਾਰ ਬੰਦੀ ਕਰਕੇ ਵਿਉਂਤ ਬੰਦੀ ਕਰਕੇ ਤੇ ਜਿਹੜਾ ਸੰਭਲ ਨਰੇਸ਼ ਸੀ ਤੇ ਉਸਨੇ ਧਾਵਾ ਕੀਤਾ। ਆਗੜ ਦੰਗ ਸ਼ਬਦ ਦੁਆਰਾ ਕਹਿੰਦੇ ਨੇ ਜਿਹੜੇ ਸੂਰਬੀਰ ਨੇ ਅਰੜੇ ਉਹ ਅਰੜਾ ਕੇ ਮਾਰ ਪੁਕਾਰਾ ਕਰਦੇ ਹੋਏ ਅੱਗੇ ਵਧੇ ਨੇ। ਗਾਜੜ ਦੰਗ ਗਾਜੀ ਤੇ ਗਾਜੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੇ ਗਾਜੀ ਸੂਰਬੀਰ ਬਹਾਦਰ ਨੇ ਸੰਭਲ ਨਰੇਸ਼ ਦੇ ਨਾਲ ਦੇ ਸਿਪਾਹੀ ਨੇ ਉਹ ਅੱਗੇ ਆ ਕੇ ਦੁਸ਼ਮਣ ਦੇ ਅੜ ਗਏ ਹਨ। ਨਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਨੱਚਣ ਲੱਗ ਪਏ ਨੇ। ਤਾਗੜ ਦੰਗ ਤਾਜੀ ਤਾਗੜ ਦੰਗ ਸ਼ਬਦ ਦੁਆਰਾ ਕਹਿੰਦੇ ਨੇ ਜਿਹੜੇ ਤਾਜੀ ਘੋੜੇ ਨੇ ਜਿਹੜੇ ਸੂਰ ਵੀਰਾਂ ਦੇ ਘੋੜੇ ਨੇ ਔਰ ਉਹ ਮੈਦਾਨੀ ਜੰਗ ਦੇ ਵਿੱਚ ਮੋਰ ਵਾਂਗੂ ਨੱਚਦੇ ਨੇ ਪਹਿਲਾਂ ਪਾਉਂਦੇ ਹਨ। ਜਾਗੜ ਦੰਗ ਦੂਜੇ ਖਾਗੜ ਦੰਗ ਖੇਤਾਂ ਤੇ ਜਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਸੂਰਬੀਰ ਜੰਗ ਦੇ ਵਿੱਚ ਜੁਝੇ ਜੂਝ ਰਹੇ ਨੇ ਆਮੋ ਸਾਹਮਣੇ ਲੜ ਰਹੇ ਨੇ ਖਾਗੜ ਦੰਗ ਖੇਤਨ। ਖਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਖੇਤਨ ਮੈਦਾਨੀ ਜੰਗ ਦੀ ਭੂਮੀ ਦੇ ਵਿੱਚ ਉਸ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਜੁਝ ਰਹੇ ਹਨ। ਰਾਗੜ ਦੰਗ ਰਹਿਸੇ ਪਾਗੜ ਦੰਗ ਪ੍ਰੇਤਾ ਉਸ ਜੰਗ ਨੂੰ ਦੇਖ ਕੇ ਰਾਗੜ ਦੰਗ ਰਹਿਸੇ ਰਾਗੜ ਦੰਗ ਸ਼ਬਦ ਦੁਆਰਾ ਕਵੀ ਕਲਗੀ ਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਰਹਿਸੇ ਦਾ ਅਰਥ ਹੈ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਬਾਗੋ ਬਾਗ ਹੋਏ ਕੌਣ ਪਾਗੜ ਦੰਗ ਪ੍ਰੇਤਨ। ਪਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੇ ਭੂਤ ਪ੍ਰੇਤ ਨੇ ਉਸ ਜੰਗ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਮਾਗੜ ਦੰਗ ਮਾਰੇ ਪਾਗੜ ਦੰਗ ਵੀਰਾਂ ਤੇ ਮਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਕਵੀ ਕਲਗੀ ਧਰ ਪਾਤਸ਼ਾਹ ਜੀ ਤੇ ਉਸ ਕਲਗੀ ਅਵਤਾਰ ਨੇ ਬਹੁਤ ਸਾਰੇ ਮਾਰੇ ਦਾ ਅਰਥ ਵੀ ਮਾਰਨਾ ਕੀਤੇ ਬਾਗੜ ਦੰਗ ਵੀਰ ਤੇ ਬਾਗੜ ਸ਼ਬਦ ਦੁਆਰਾ ਬਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੇ ਸੂਰਬੀਰ ਬਹਾਦਰ ਚੜ੍ਹ ਕੇ ਆਏ ਸਨ ਤੇ ਉਹਨਾਂ ਨੂੰ ਕਲਕੀ ਅਵਤਾਰ ਨੇ ਮੌਤ ਦੇ ਘਾਟ ਉਤਾਰ ਦਿੱਤਾ। ਪਾਗੜ ਦੰਗ ਪ੍ਰਾਨੇ ਪਾਗੜ ਦੰਗ ਤੇਰਾ ਪਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਪ੍ਰਾਨੀ ਦਾ ਅਰਥ ਹੈ ਦੌੜ ਗਏ ਨੇ ਭੱਜ ਗਏ ਨੇ ਕੌਣ ਪਾਗੜ ਦੰਗ ਪੀਰੰਗ ਵੀ ਜਿਹੜੇ ਪਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੇ ਪੀਰੰਗ ਦਾ ਅਰਥ ਹੈ ਕਾਇਰ ਸਨ ਡਰਪੋਕ ਸਨ ਬੋਇਦਲ ਆਦਮੀ ਸਨ ਛੋਟੇ ਦਿਲਾਂ ਵਾਲੇ ਲੋਕ ਸਨ ਉਹ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਏ ਹਨ। ਧਾਗੜ ਦੰਗ ਸ਼ਬਦ ਦੁਆਰਾ ਕਵੀ ਕਲਗੀ ਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਧਾਵਾ ਕੀਤਾ ਕਿਸਨੇ ਰਾਜੜ ਦੰਗ ਰਾਜਾ ਰਾਜੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜਾ ਸੰਭਲ ਦਾ ਰਾਜਾ ਸੀ ਉਸਨੇ ਬਹੁਤ ਵੱਡਾ ਹਮਲਾ ਕੀਤਾ। ਰਾਗੜ ਦੰਗ ਰਣ ਕੇ ਬਾਗੜ ਦੰਗ ਬਾਜਾ ਰਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜੰਗੀ ਵਾਜਿਆਂ ਦੀ ਰਣਕੀ ਦਾ ਅਰਥ ਹੈ ਬਹੁਤ ਸੁੰਦਰ ਧੁਨੀ ਗੂੰਜ ਰਹੀ ਹੈ ਬਾਗੜ ਦੰਗ ਬਾਜਾ ਬਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੇ ਵਾਜਾ ਵਾਜੇ ਨੇ ਜਿਹੜੇ ਜੰਗੀ ਵਾਜੇ ਨੇ ਢੋਲ ਨਗਾਰੇ ਨੇ ਤੂਤੀਆਂ ਨਫੀਰੀਆਂ ਨੇ ਉਹਨਾਂ ਦੀ ਬੜੀ ਸੁੰਦਰ ਸੰਗੀਤਮਈ ਧੁਨੀ ਗੂੰਜ ਰਹੀ ਹੈ। ਟਾਗੜ ਦੰਗ ਟੂਟੇ ਟਾਗੜ ਦੰਗ ਤਾਲਾ ਟਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਵੀ ਟੁੱਟ ਗਏ ਨੇ ਟਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੇ ਤਾਲ ਨੇ ਜਦੋਂ ਜੰਗ ਹੁੰਦਾ ਹੈ ਨਾ ਤੇ ਉਸ ਵੇਲੇ ਜਿਹੜੇ ਜੰਗੀ ਵਾਜੇ ਵਜਾਉਣ ਵਾਲੇ ਬਜੰਤਰੀ ਹੁੰਦੇ ਨੇ ਉਹਨਾਂ ਦੇ ਤਾਲ ਟੁੱਟ ਰਹੇ ਹਨ। ਆਗੜ ਦੰਗ ਉੱਠੇ ਜਾਗੜ ਦੰਗ ਜਵਾਰਾ ਆਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਤੇ ਸੂਰਬੀਰ ਉੱਠ ਪੈਂਦੇ ਨੇ ਪੜ ਉੱਠਦੇ ਨੇ ਜਾਗੜ ਦੰਗ ਜਵਾਲੰ ਕਿਵੰ ਜਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਵਾਲੰ ਜਿਵੇਂ ਜਵਾਲਾ ਭੜਕਦੀ ਹੈ ਜਵਾਲ ਅੱਗ ਨੂੰ ਕਹਿੰਦੇ ਨੇ ਜਿਵੇਂ ਅੱਗ ਦੀ ਲਾਟ ਬਲਦੀ ਹੈ ਅੱਗ ਭੜਕਦੀ ਹੈ ਇਸੇ ਤਰ੍ਹਾਂ ਸੂਰਬੀਰ ਬੜੇ ਗੁੱਸੇ ਦੇ ਵਿੱਚ ਭਰੇ ਹੋਏ ਅੱਗ ਵਾਂਗੂ ਉੱਠੇ ਹਨ। ਪਾਗੜ ਦੰਗ ਪਾਜੇ ਪਾਗੜ ਦੰਗ ਵੇਰਾ ਤੇ ਪਾਗੜ ਦੰਗ ਸ਼ਬਦ ਦੁਆਰਾ ਸਤਿਗੁਰੂ ਆਖਦੇ ਨੇ ਭੱਜ ਗਏ ਨੇ ਤੇ ਬਾਗੜ ਦੰਗ ਬੀਰੰਗ ਬਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੇ ਬੀਰੰਗ ਦਾ ਅਰਥ ਹੈ ਸੂਰਬੀਰ ਬਹਾਦਰ ਨੇ
ਉਹ ਭੱਜ ਗਏ ਨੇ ਡਰ ਦੇ ਮਾਰੇ, ਲਾਗੜ ਦੰਗ ਲਾਗੇ ਤਾਕੜ ਦੰਗ ਤੀਰਾਂ ਉਹ ਕਿਉਂ ਭੱਜ ਗਏ ਨੇ? ਕਵੀ ਕਲਗੀਧਰ ਪਾਤਸ਼ਾਹ ਜੀ ਜੰਗ ਦੀ ਕਥਾ ਲਿਖਦੇ ਨੇ, ਲਾਗੜ ਦੰਗ ਲਾਗੇ ਤਾਗੜ ਦੰਗ ਤੀਰਾਂ। ਲਾਗੜ ਦੰਗ ਦਾ ਲਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਉਹਨਾਂ ਨੂੰ ਲਾਗੇ ਦਾ ਅਰਥ ਲੱਗੇ ਨੇ ਵੱਜੇ ਨੇ। ਤਾਗੜ ਦੰਗ ਤੀਰੰ ਤਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਤੀਰ ਵੱਜੇ ਨੇ। ਉਹ ਤੀਰ ਵੱਜਣ ਦੇ ਨਾਲ ਸੂਰਮੇ ਪਿੱਛੇ ਨੂੰ ਭੱਜਦੇ ਹਨ। ਰਾਗੜ ਦੰਗ ਰਹਿਸੀ ਤਾਗੜ ਦੰਗ ਦੇਵੀ ਉਹ ਰਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਵੀ ਰਹਿਸੀ ਦਾ ਅਰਥ ਬੜੀ ਖੁਸ਼ ਹੋਈ। ਕੌਣ? ਦਾਗੜ ਦੰਗ ਦੇਵੀ। ਦਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਜਿਹੜੀ ਦੇਵੀ ਹੈ ਨਾ ਇਹ ਵੀ ਬੜੀ ਖੁਸ਼ ਹੋਈ। ਜਿਵੇਂ ਕਾਲੀ ਦੇਵੀ ਹੈ, ਚੰਡੀ ਦੇਵੀ ਹੈ, ਇਹ ਵੀ ਜੰਗ ਦੀਆਂ ਦੇਵੀਆਂ ਨੇ, ਜੰਗ ਨੂੰ ਦੇਖ ਕੇ ਬਹੁਤ ਪ੍ਰਸੰਨ ਹੁੰਦੀਆਂ। ਦਾਗੜ ਦੰਗ ਗੈਣ ਆਗੜ ਦੰਗ ਦੇਵੀ ਦਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਗੈਣ ਅਰਥ ਹੈ ਆਕਾਸ਼ ਦੇ ਵਿੱਚ। ਆਗੜ ਦੰਗ ਪੇਵੀ ਆਗੜ ਦੰਗ ਸ਼ਬਦ ਦੁਆਰਾ ਕਹਿੰਦੇ ਨੇ ਆ ਪੇਵੀ ਜਿਸ ਨੂੰ ਈਸ਼ਵਰ ਦੀ ਅੰਸ਼ ਕਿਹਾ ਜਾਂਦਾ ਹੈ। ਐਸੀ ਜਿਹੜੀ ਦੇਵੀ ਹੈ ਉਹ ਵੀ ਜੰਗ ਦੇ ਵਿੱਚ ਬਹੁਤ ਖੁਸ਼ ਹੋ ਕੇ ਤੇ ਆਕਾਸ਼ ਦੇ ਵਿੱਚ ਮੰਡਰਾ ਰਹੀ ਹੈ। ਭਾਗੜ ਦੰਗ ਪੈਰੋਂ ਭਾਗੜ ਦੰਗ ਪ੍ਰੇਤੋਂ ਭਾਗੜ ਦੰਗ ਸ਼ਬਦ ਦੁਆਰਾ ਕਵੀ ਜੀ ਆਖਦੇ ਨੇ ਜਿਹੜਾ ਪੈਰੋਂ ਇਹ ਵੀ ਜੰਗ ਦਾ ਦੇਵਤਾ ਹੀ ਹੈ। ਭਾਗੜ ਦੰਗ ਪ੍ਰੇਤਨ ਤੇ ਭਾਗੜ ਦੰਗ ਸ਼ਬਦ ਦੁਆਰਾ ਜਿਹੜਾ ਪੈਰੋਂ ਹੈ ਇਹ ਬਹੁਤ ਸਾਰੇ ਭੂਤਾਂ ਪ੍ਰੇਤਾਂ ਨੂੰ ਨਾਲ ਲੈ ਕੇ ਜੰਗ ਦੇ ਵਿੱਚ ਆ ਚੁੱਕਿਆ ਹੈ। ਹਾਗੜ ਦੰਗ ਹੱਸੇ ਹਾਗੜ ਦੰਗ ਖੇਤਾਂ ਹਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਪੈਰੋਂ ਤੇ ਭੂਤ ਪ੍ਰੇਤ ਬਹੁਤ ਹੱਸ ਰਹੇ ਨੇ, ਉੱਚੀ ਉੱਚੀ ਖਿੜ ਖੜਾ ਕੇ ਹੱਸ ਰਹੇ ਨੇ ਕਿਉਂਕਿ ਜੰਗ ਨੂੰ ਦੇਖ ਕੇ ਖੁਸ਼ੀ ਮਨਾ ਰਹੇ ਨੇ। ਖਾਗੜ ਦੰਗ ਖੇਤਨ ਖਾਗੜ ਦੰਗ ਸ਼ਬਦ ਦੁਆਰਾ ਆਖਦੇ ਨੇ ਉਹ ਖੇਤਨ ਮੈਦਾਨੇ ਜੰਗ ਦੇ ਵਿੱਚ ਆ ਚੁੱਕੇ ਹਨ। ਦੋਹਰਾ ਅਸ ਟੁੱਟੇ ਲੁੱਟੇ ਗਣੇ ਟੁੱਟੇ ਸ਼ਸਤਰਾਂ ਦੇ ਦੋਹਰੇ ਵਿੱਚ ਕਵੀ ਰਾਜ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਸੂਰ ਬੀਰਾਂ ਦੀਆਂ ਜੰਗ ਕਰਦਿਆਂ ਹੋਇਆ ਅਸ ਟੁੱਟੇ, ਅਸ ਤੋਂ ਭਾਵ ਹੈ ਜਿਹੜੇ ਤੇਗੇ ਨੇ ਖੜਗ ਨੇ ਟੁੱਟ ਗਏ ਨੇ ਤੇ ਬਹੁਤ ਸਾਰੇ ਸੂਰਮੇ ਲੁੱਟੇ ਗਏ ਨੇ ਤੇ ਬਹੁਤ ਸਾਰੇ ਟੁੱਟ ਚੁੱਕੇ ਹਨ, ਥੱਕ ਟੁੱਟ ਚੁੱਕੇ ਨੇ ਤੇ ਟੁੱਟੇ ਸ਼ਸਤਰ ਅਨੇਕ ਤੇ ਅਨੇਕਾਂ ਸ਼ਸਤਰ ਵੀ ਮੈਦਾਨੀ ਜੰਗ ਦੇ ਵਿੱਚ ਟੁੱਟ ਗਏ ਹਨ। ਜੋ ਜੁੱਟੇ ਖੱਟੇ ਸਵਾਰ ਕੂਪਤ ਏਕ ਲੋਕ ਕਲਕੀ ਤਰ ਸ਼ਮੇਸ਼ ਪਿਤਾ ਜੀ ਫਰਮਾਉਂਦੇ ਨੇ ਜਿਹੜੇ ਕਲਕੀ ਦੇ ਸਾਹਮਣੇ ਆ ਕੇ ਜੁਟੇ, ਜਿਨ੍ਹਾਂ ਨੇ ਸਾਹਮਣੇ ਆ ਕੇ ਮੱਥਾ ਲਾਇਆ ਉਹ ਸਾਰੇ ਹੀ ਕੱਟ ਵੱਢ ਦਿੱਤੇ। ਰਹਿ ਗਏ ਉਹ ਕੂਪਤ ਏਕ, ਹੁਣ ਕੱਲਾ ਰਾਜਾ ਸੰਭਲ ਦਾ ਨਰੇਸ਼ ਰਹਿ ਗਿਆ, ਬਾਕੀ ਉਸਦੇ ਜਰਨੈਲ ਤੇ ਫੌਜਾਂ ਬਹੁ ਗਿਣਤੀ ਵਿੱਚ ਮਾਰੀਆਂ ਜਾ ਚੁੱਕੀਆਂ ਹਨ। ਪੰਕਜ ਬਾਟ ਕਰ ਛੰਦ ਸੈਨ ਜੂਜ ਤਾ ਨਿਰਭਇ ਭਇਓ ਅਤ ਅਕਲ ਲੋ ਪੰਕਜ ਬਾਟ ਕਰ ਛੰਦ ਇਹ ਪੰਕਜ ਕਵਲ ਨੂੰ ਕਹਿੰਦੇ ਨੇ। ਬਾਟਕਾ ਦਾ ਅਰਥ ਹੁੰਦਾ ਬਗੀਚੀ, ਜਿਵੇਂ ਕਵਲ ਦੀ ਬਗੀਚੀ ਹੁੰਦੀ ਹੈ ਇਸ ਤਰ੍ਹਾਂ ਦੇ ਸੋਹਣੇ ਸ਼ਬਦ ਚੁਣ ਚੁਣ ਕੇ ਗੁਰੂ ਮਹਾਰਾਜ ਨੇ ਇਹ ਛੰਦ ਲਿਖਿਆ ਹੈ। ਨਵੇਂ ਨਵੇਂ ਛੰਦ ਅਲੌਕਿਕ ਕਾਵ ਰਚਨਾ ਦੇ ਇਹ ਗੁਰੂ ਮਹਾਰਾਜ ਬਣਾ ਰਹੇ ਨੇ ਤੇ ਜੰਗ ਦੀ ਕਥਾ ਲਿਖ ਰਹੇ ਨੇ। ਸੈਨ ਯੁਜਤ ਨਿਰਭਇਓ ਅਤ ਅਕਲ ਜਦੋਂ ਸੰਭਲ ਨਰੇਸ਼ ਦੀ ਸਾਰੀ ਫੌਜ ਜੰਗ ਦੇ ਵਿੱਚ ਮਾਰੀ ਗਈ ਉਹ ਬਹੁਤ ਆਪਣੇ ਮਨ ਦੇ ਵਿੱਚ ਵਿਆਕੁਲ ਹੋ ਗਿਆ। ਭਗਤ ਭਇਓ ਸਮੋਹਿਆ ਤੇ ਅਵਿਆਕੁਲ ਫਿਰ ਬਹੁਤ ਵਿਆਕੁਲ ਹੋ ਕੇ ਭਾਵ ਬੜੇ ਹੋਸ਼ ਦੇ ਵਿੱਚ ਆਪਣੀ ਹੋਸ਼ ਨੂੰ ਗੁਆ ਕੇ ਇਹਨੇ ਸਾਹਮਣੇ ਕਲਕੀ ਅਵਤਾਰ ਤੇ ਹਮਲਾ ਕੀਤਾ। ਜਦੋਂ ਫੌਜ ਮਰ ਗਈ ਤੇ ਫਿਰ ਇਹਨੂੰ ਜੰਗ ਦੇ ਸਾਹਮਣੇ ਆਉਣਾ ਪਿਆ। ਸਨਿਤ ਹੋਇ ਚਿਤ ਮੈਂ ਅਤ ਕ੍ਰੋਧਤ ਸ਼ਸਤਰਾਂ ਦੇ ਨਾਲ ਸਨਿਤ ਬੱਧ ਹੋ ਕੇ ਲਹਿਸ ਹੋ ਕੇ ਚਿਤ ਵਿੱਚ ਬਹੁਤ ਕ੍ਰੋਧ ਦਰਤ ਹੈ, ਗੁੱਸੇ ਵਿੱਚ ਭਰਿਆ ਹੋਇਆ ਸੰਭਲ ਨਰੇਸ਼ ਕਲਕੀ ਅਵਤਾਰ ਦੇ ਸਾਹਮਣੇ ਆਇਆ। ਬੜਾ ਗੁੱਸਾ ਕਰਕੇ ਤੇ ਯੁੱਧ ਕਰਨ ਦੇ ਲਈ ਸੰਭਲ ਦਾ ਰਾਜਾ ਕਲਕੀ ਅਵਤਾਰ ਦੇ ਸਾਹਮਣੇ ਆ ਗਿਆ ਹੈ। ਸ਼ਸਤਰ ਪ੍ਰਹਾਰ ਅਨੇਕ ਕਰੇ ਤਬ ਲੋ ਰਾਜੇ ਨੇ ਵੀ ਆਪਣੇ ਵੱਲੋਂ ਬਹੁਤ ਸਾਰੇ ਸ਼ਸਤਰਾਂ ਦੇ ਵਾਰ ਕੀਤੇ। ਜੰਗ ਜੁਟਿਓ ਆਪਣੋ ਦਲ ਲੈਣ ਸਭ ਜਿੰਨੀਆਂ ਕੁ ਬਾਕੀ ਬਚੀਆਂ ਖੁਚੀਆਂ ਫੌਜਾਂ ਸਨ ਸੰਭਲ ਦੇ ਰਾਜੇ ਦੀਆਂ ਉਹਨਾਂ ਨੂੰ ਨਾਲ ਲੈ ਕੇ ਰਾਜਾ ਜੰਗ ਦੇ ਵਿੱਚ ਜੁਟ ਗਿਆ ਹੈ। ਬਾਜ ਉੱਠੇ ਤਾਂ ਕੋਟ ਨਗਾਰੇ ਜਦੋਂ ਸੰਭਲ ਨਰੇਸ਼ ਆਪ ਜੰਗ ਦੇ ਵਿੱਚ ਆਇਆ ਹੈ ਤੇ ਉਸ ਵੇਲੇ ਕਰੋੜਾਂ ਜਿਹੜੇ ਜੰਗੀ ਵਾਜੇ ਤੇ ਨਗਾਰੇ ਤੌਂਸੇ ਵੱਜਣ ਲੱਗ ਪਏ। ਰੁੱਚ ਗਿਰੇ ਰਾਣਾ ਜੁਜ ਨਿਹਾਰੇ ਲੋ ਬਹੁਤ ਸਾਰੇ ਜਿਹੜੇ ਸੂਰਮੇ ਨੇ ਰੁੱਚ ਦਾ ਅਰਥ ਹੈ ਵੀ ਆਪਸ ਵਿੱਚ ਉਲਝ ਕੇ
ਮੈਦਾਨੀ ਜੰਗ ਦੇ ਵਿੱਚ ਡਿੱਗ ਪਏ ਨੇ ਤੇ ਜੁੱਟ ਨਿਹਾਰੇ ਬਹੁਤ ਸਾਰੇ ਸੂਰਮੇ। ਇਹ ਹੈ ਜਦੋਂ ਰਾਜੇ ਨੇ ਚੜਾਈ ਕੀਤੀ ਹੈ ਉਸ ਵੇਲੇ ਕਲਕੀ ਦੇ ਨਾਲ ਸੰਭਲ ਨਰੇਸ਼ ਦਾ ਜੰਗ ਹੋਇਆ, ਜੰਗੀ ਨਗਾਰੇ ਵੱਜੇ ਨੇ ਤੇ ਕਈ ਸੂਰਮੇ ਉਸ ਜੰਗ ਦੇ ਵਿੱਚ ਇੱਕ ਦੂਸਰੇ ਦੇ ਨਾਲ ਉਲਝ ਕੇ ਤੇ ਸ਼ਹੀਦੀਆਂ ਪਾ ਗਏ ਨੇ, ਮੈਦਾਨੀ ਜੰਗ ਵਿੱਚ ਡਿੱਗ ਪਏ ਨੇ ਤੇ ਸਾਹਮਣੇ ਲਾਸ਼ਾਂ ਲਾਸ਼ਾਂ ਵਿਛੀਆਂ ਦਿਖਾਈ ਦੇ ਰਹੀਆਂ ਹਨ। ਚਾਮਰ ਛੰਦ ਸ਼ਾਸਤਰ ਅਸਤਰ ਲੈ ਸਕੂਪ ਵੀਰ ਬੋਲ ਕਰ ਸਭ। ਚਾਮਰ ਛੰਦ ਇਹ ਵੀ ਨਵੀਂ ਕਿਸਮ ਦਾ ਛੰਦ ਹੈ, ਨਵੇਂ ਤੋਂ ਨਵੇਂ ਛੰਦ ਕਲਗੀ ਧਰ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਸ਼ਸਤਰ ਅਸਤਰ ਲੈ ਸਕੋ, ਬੜੇ ਗੁੱਸੇ ਦੇ ਨਾਲ ਸ਼ਸਤਰ ਤੇ ਅਸਤਰ ਲੈ ਕੇ, ਸ਼ਸਤਰ ਉਹ ਜਿਹੜੇ ਹੱਥ ਵਿੱਚ ਫੜ ਕੇ ਚਲਾਏ ਜਾਂਦੇ ਨੇ, ਅਸਤਰ ਉਹ ਜਿਹੜੇ ਹੱਥੋਂ ਛੱਡ ਕੇ ਚਲਾਏ ਜਾਣ, ਉਹ ਸਾਰੇ ਸ਼ਸਤਰ ਅਸਤਰ ਤੀਰ ਗੋਲੀਆਂ ਤਲਵਾਰਾਂ ਲੈ ਕੇ ਵੀਰ ਬੋਲ ਕਹਿ ਸਕੇ ਤੇ ਜਿੰਨੇ ਸੂਰ ਬੀਰ ਨੇ ਉੱਚੀ ਉੱਚੀ ਬੋਲ ਬੋਲ ਕੇ ਤੇ ਕਹਿੰਦੇ ਤਗੜੇ ਹੋ ਜਾਓ, ਮਾਰ ਪੁਕਾਰਾ ਕਰੋ, ਇਸ ਤਰ੍ਹਾਂ ਉੱਚੀ ਉੱਚੀ ਬੋਲ ਕੇ ਆਏ ਹਨ। ਜਿੰਨੇ ਸੂਰ ਬੀਰ ਆਏ ਨੇ ਸੰਭਲ ਨਰੇਸ਼ ਦੇ ਨਾਲ, ਓਪ ਓਪ ਦੈ ਹੱਠੀ, ਬੜੇ ਹੱਠੀ ਸੂਰਮੇ ਨੇ, ਉਹ ਮਾਨੋ ਕੋਪ ਕ੍ਰੋਧ ਨੂੰ ਗੁੱਸੇ ਨੂੰ ਵੀ ਉਪਮਾ ਦਿੰਦੇ ਨੇ। ਭਾਵ ਬੜੇ ਜੋਸ਼ੋ ਖਰੋਸ਼ ਦੇ ਨਾਲ ਸੂਰਮੇ ਜੰਗ ਕਰਨ ਲਈ ਆਏ ਨੇ। ਸੋ ਤਾਏ ਕੈ ਭਰੈ ਸਭੇ, ਇੱਕੋ ਵਾਰੀ ਹੱਲਾ ਕਰਕੇ ਕਲਕੀ ਅਵਤਾਰ ਤੇ ਪੈ ਗਏ ਹਨ। ਲੋ ਜਿਹੜੇ ਉਹਨਾਂ ਦੇ ਹੱਥ ਵਿੱਚ ਪਹਿਲਾਂ ਤੀਰ ਕਮਾਨ ਪਕੜੇ ਹੋਏ ਨੇ ਤੇ ਕਾਨ ਕੇ ਪ੍ਰਮਾਨ, ਕੰਨ ਦੇ ਪ੍ਰਮਾਨ ਤੱਕ, ਕੰਨ ਤੱਕ ਧਨਕ ਦੀ ਤੰਦੀ ਨੂੰ ਖਿੱਚ ਕੇ ਤੇ ਤਾਣ ਤਾਣ ਕੇ ਤੀਰ ਮਾਰਦੇ ਨੇ ਤੇ ਤੋਰ ਹੀ ਅੱਗੇ ਦੁਸ਼ਮਣ ਦੇ ਨਿਸ਼ਾਨਿਆਂ ਨੂੰ ਫੁੰਡ ਰਹੇ ਹਨ। ਸੋ ਜੂਝ ਜੂਝ ਕੈ ਪਰੈ ਨਾਨਕ ਮੁਖ ਮੋਰਹੀ। ਜਦੋਂ ਆਪੋ ਸਾਹਮਣੇ ਮੁਕਾਬਲਾ ਹੋ ਰਿਹਾ ਹੈ, ਤੀਰ ਚੱਲ ਰਹੇ ਨੇ ਤੇ ਸਾਹਮਣੇ ਹੋ ਕੇ ਸੂਰਮੇ ਸ਼ਹੀਦੀਆਂ ਪਾ ਰਹੇ ਨੇ, ਸੋ ਜੂਝ ਜੂਝ ਕੈ ਪਰੈ, ਸਾਹਮਣੇ ਹੋ ਕੇ ਜੂਝ ਜੂਝ ਕੇ ਲੜ ਲੜ ਕੇ ਸ਼ਹੀਦੀ ਦਾ ਜਾਨ ਪੀ ਰਹੇ ਨੇ। ਨਾ ਨੈਕ ਮੁਖ ਮੋਰੀ, ਕੋਈ ਥੋੜਾ ਜਿੰਨਾ ਵੀ ਰਤਾ ਪਰ ਵੀ ਮੂੰਹ ਪਿੱਛੇ ਨੀ ਮੋੜਦੇ। ਬਾਨ ਪਾਨ ਲਈ ਸਭ ਐਸਾ ਕ੍ਰੋਧ ਸੂਰਮਾ ਚਲੇ। ਲੋ ਬਹੁਤ ਸਾਰੇ ਸੂਰਬੀਰ ਬਹਾਦਰ ਹੱਥਾਂ ਵਿੱਚ ਬਾਣ ਤੀਰ ਲੈ ਕੇ, ਧਨਕ ਲੈ ਕੇ, ਹੋਰ ਸ਼ਸਤਰ ਬਸਤਰ ਲੈ ਕੇ ਬੜੇ ਗੁੱਸੇ ਦੇ ਨਾਲ ਚੱਲ ਪਏ ਹਨ। ਦੀਨ ਬੀਨ ਜੇ ਲਾਏ ਪ੍ਰਵੀਨ ਵੀ ਰਹਾ ਭਲੇ। ਸੰਭਲ ਦੇ ਰਾਜੇ ਨੇ ਬੜੇ ਚੁਣ ਚੁਣ ਕੇ, ਪ੍ਰਵੀਨ ਦਾ ਅਰਥ ਹੈ ਜਿਹੜੇ ਜੰਗ ਦੇ ਵਿੱਚ ਬੜੇ ਨਿਪੁੰਨ ਸਨ, ਚਤਰ ਸਨ, ਦਾਨਸ਼ਵਰ ਸਨ, ਬੜੇ ਅੱਛੇ ਅੱਛੇ ਸੂਰਮੇ ਨਾਲ ਲੈ ਲਏ। ਸ਼ੰਖ ਸੂਰ ਕੈ ਬਿਰਨ ਸੰਤ ਤਾਏ ਡਰ ਰਹੇ। ਸੰਭਲ ਨਰੇਸ਼ ਦੇ ਨਾਲ ਦੇ ਸੂਰਮੇ ਨੇ ਉਹ ਸਾਰੀ ਸ਼ੰਕਾ ਨੂੰ, ਵਹਿਮ ਸ਼ੱਕ ਨੂੰ ਛੱਡ ਕੇ ਸਾਹਮਣੇ ਹੋ ਕੇ ਪੜਦੇ ਨੇ ਤੇ ਨਿਸ਼ੰਕ ਆਹੇ ਡਾਰੀ, ਨਿਸ਼ੰਕ ਦਾ ਅਰਥ ਹੈ ਨਿਚੱਕ ਹੋ ਕੇ, ਨਡਰ ਹੋ ਕੇ, ਬਿਨਾਂ ਕਿਸੇ ਸੰਕੋਚ ਤੋਂ ਵਾਰ ਕਰਦੇ ਨੇ ਤੇ ਨਾਲ ਜ਼ਖਮ ਕਰ ਰਹੇ ਹਨ। ਸੁਅੰਗ ਭੰਗ ਹੋਏ ਗਿਰੈ ਨਾ ਜੰਗ ਤੇ ਪ੍ਰਧਾਰ ਰਹੇ। ਕਲਕੀ ਦੀ ਫੌਜ ਦੇ ਨਾਲ ਜੰਗ ਕਰਦਿਆਂ ਹੋਇਆਂ ਉਹਨਾਂ ਦੇ ਅੰਗ ਭੰਗ ਹੋ ਜਾਂਦੇ ਨੇ, ਲੱਤਾਂ ਬਾਹਾਂ ਉੱਡੀਆਂ ਜਾਂਦੀਆਂ ਨੇ, ਟੁੱਟ ਜਾਂਦੀਆਂ ਨੇ, ਡਿੱਗ ਪੈਂਦੇ ਨੇ, ਪਰ ਜੰਗ ਛੱਡ ਕੇ ਕੋਈ ਨੀ ਜਾਂਦਾ। ਨਿਸਪਾਲਕ ਛੰਦ ਤਾਨ ਸਾਰੇ ਆਨੇ ਆਰ ਮਾਨ ਕਰ ਸ਼ੋਰਣੀ। ਨਿਸਪਾਲਕ ਛੰਦ, ਨਿਸਪਾਲਕ ਦਾ ਅਰਥ ਹੁੰਦਾ ਹੈ ਚੰਦਰਮਾ, ਵੀ ਚੰਦਰਮਾ ਵਾਂਗੂ ਸੁੰਦਰ ਸੁਭਾ ਵਾਲਾ ਛੰਦ ਕਲਗੀ ਧਰ ਪਾਤਸ਼ਾਹ ਲਿਖਦੇ ਨੇ। ਤਾਨ ਸਾਰ ਆਨ ਆਰ ਮਾਨ ਕਰ ਸ਼ੋਰੀ, ਤਾਨ ਸਾਰ ਤਨ ਕੇ ਸਰ ਤੀਰ ਨੂੰ ਤਾਣ ਕੇ ਤੇ ਆਨ ਆਰ ਤੇ ਦੁਸ਼ਮਣ ਦੇ ਸਾਹਮਣੇ ਆ ਕੇ, ਮਾਨ ਕਾਰ ਛੋਟ ਹੀ ਤੇ ਮਨ ਦੇ ਵਿੱਚ ਬੜਾ ਘਮੰਡ ਕਰਕੇ ਸੂਰਮੇ ਤੀਰ ਛੱਡਦੇ ਹਨ। ਕਵੀ ਜੀ ਦੀ ਕਵਿਤਾ ਤੇ ਸ਼ਬਦਾਵਲੀ ਕਮਾਲ ਦੀ ਹੈ। ਐਨ ਸਰ ਐਨ ਚੰਗੀ ਤਰ੍ਹਾਂ ਨਿਸ਼ਾਨਾ ਸਹਿਨ ਕੇ ਸਰ ਤੀਰ ਨੂੰ ਛੱਡਦੇ ਨੇ ਤੇ ਚੈਨ ਕਰ ਤੇ ਮਨ ਦੇ ਵਿੱਚ ਬੜੀ ਚੈਨ ਸ਼ਾਂਤੀ ਨੂੰ ਧਾਰਨ ਕਰਕੇ, ਤੈਨ ਕਰ ਜੋਰ ਹੀ ਤੇ ਤੈਨ ਉਸ ਤੀਰ ਨੂੰ ਪਹਿਲਾਂ ਤਨਖ ਦੇ ਚਿੱਲੇ ਤੇ ਜੋੜਦੇ ਨੇ ਤੇ ਫਿਰ ਐ ਨਿਸ਼ਾਨਾ ਸਿੰਨ ਕੇ ਤੀਰ ਚਲਾਉਂਦੇ ਨੇ ਤੇ ਚੈਨ ਕਰ ਤੇ ਜਿਹਨੂੰ ਜਾ ਕੇ ਵੱਜਦਾ ਹੈ ਉਹ ਵੀ ਚੈਨ ਕਰ ਆਰਾਮ ਕਰਨ ਲੱਗ ਜਾਂਦੇ। ਇਹਦਾ ਮਤਲਬ ਜਦੋਂ ਸੂਰਬੀਰ ਤੀਰ ਛੱਡਦੇ ਨੇ, ਦੁਸ਼ਮਣ ਦੇ ਸੀਨੇ ਵਿੱਚ ਜਾ ਕੇ ਤੀਰ ਲੱਗਦਾ, ਉਹ ਧਰਤੀ ਤੇ ਲੇਟ ਜਾਂਦਾ ਤੇ ਮਨ ਹੁਣ ਉਹ ਆਰਾਮ ਫਰਮਾ ਰਿਹਾ ਹੈ।
ਲੋਕ ਕਹਿੰਦੇ ਨੇ ਜਦੋਂ ਆਨਕਾਰ ਲਾ ਗਏ, ਜਦੋਂ ਤੀਰ ਆ ਕੇ ਲੱਗਦੇ ਨੇ ਕਾਵ ਕਰ, ਤੇ ਉਹ ਆ ਕੇ ਜ਼ਖਮ ਕਰਦੇ ਨੇ, ਹੱਟ ਕਰ ਦਿੰਦੇ ਨੇ, ਤੇ ਬੜੇ ਚਾਵ ਕਰ, ਬੜੇ ਚਾਹ ਦੇ ਨਾਲ ਸੂਰਮੇ ਜੰਗ ਕਰ ਰਹੇ ਹਨ। ਛੜ ਰਾਣ ਖਾਏ ਪ੍ਰਣ ਵੀਰ ਵਾਰ ਭਾਗ ਹੈ। ਲੋ ਜਦੋਂ ਜੰਗ ਦੇ ਵਿੱਚ ਲੜਦਿਆਂ ਲੜਦਿਆਂ ਕਿਸੇ ਨੂੰ ਆ ਕੇ ਤੀਰ ਵੱਜਦੇ ਨੇ, ਛੜ ਰਾਣ ਖਾਏ ਪ੍ਰਣ, ਪ੍ਰਣ ਦਾ ਅਰਥ ਹੈ ਜ਼ਖਮ ਖਾ ਕੇ, ਹੱਟ ਖਾ ਕੇ, ਤੇ ਬਹੁਤ ਸਾਰੇ ਚੰਗੇ ਚੰਗੇ ਸੂਰਮੇ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਰਹੇ ਹਨ। ਲੋਕ ਕ੍ਰੋਧ ਕਰਕੇ ਤੇ ਬੋਧ ਹਰ ਹੋਸ਼ ਨੂੰ ਗੁਆ ਕੇ, ਭਾਵ ਪੂਰੇ ਜੋਸ਼ ਦੇ ਵਿੱਚ ਭਰ ਕੇ ਤੋਰ ਅਰ ਡਾ ਰਹੇ, ਉਹ ਆ ਕੇ ਸੂਰ ਵੀਰਾਂ ਨੂੰ ਟੋਲਦੇ ਨੇ। ਤੇ ਸੋਧ ਅਰ ਕਾਵੇ, ਸੋਧ ਦਾ ਅਰਥ ਹੈ ਵੀ ਵੈਰੀਆਂ ਨੂੰ, ਸੋਧ ਦਾ ਅਰਥ ਹੈ ਸੋਧਦੇ ਨੇ, ਤਾਵੀ ਦਾ ਅਰਥ ਵੀ ਦੌੜ ਦੌੜ ਕੇ, ਵੀ ਕ੍ਰੋਧ ਕਰਕੇ ਹੋਸ਼ ਗੁਆ ਕੇ ਪੂਰੇ ਜੋਸ਼ ਦੇ ਵਿੱਚ ਆ ਕੇ ਵੈਰੀ ਨੂੰ ਸੋਧਾ ਲਾਉਂਦੇ ਨੇ ਤੇ ਨਾਲ ਤਾਵੀ ਹਮਲਾ ਕਰਦੇ ਹਨ। ਕਵੀ ਕਲਗੀਧਰ ਪਾਤਸ਼ਾਹ ਦੀ ਕਵਿਤਾ ਕਮਾਲ ਦੀ ਹੈ। ਜੋਧ ਬਾਰ ਜਿਹੜੇ ਚੰਗੇ ਸੂਰਬੀਰ ਯੋਧੇ ਨੇ, ਕ੍ਰੋਧ ਧਾਰ ਗੁੱਸਾ ਧਾਰਨ ਕਰਕੇ ਵਿਰੋਧ ਸਰ ਲਾਵੀ, ਜਿਹੜੇ ਵਿਰੋਧੀ ਨੇ ਆਪਣੇ ਦੁਸ਼ਮਣ ਨੇ, ਉਹਨਾਂ ਨੂੰ ਤੀਰ ਮਾਰਦੇ ਹਨ। ਅੰਗ ਪਟ ਭੰਗ ਹੋਇਆ ਜੰਗ ਤੇ ਹਿੰਡੇ ਗਈ। ਲੋ ਸੂਰਬੀਰਾਂ ਦੇ ਅੰਗ ਭੰਗ ਹੁੰਦੇ ਨੇ, ਭਾਵ ਉਹਨਾਂ ਦੇ ਸਰੀਰ ਨਾਲ ਉਹ ਅੰਗ ਕੱਟੇ ਜਾਂਦੇ ਨੇ, ਤੇ ਜੰਗ ਤੇ ਡੈਗੀ ਤੇ ਮੈਦਾਨੇ ਜੰਗ ਦੇ ਵੀ ਡੈਗ ਪੈਂਦੇ ਨੇ। ਜਦੋਂ ਲੱਤਾਂ ਬਾਹਾਂ ਅੰਗ ਭੰਗ ਹੁੰਦੇ ਨੇ, ਕੱਟੇ ਜਾਂਦੇ ਨੇ, ਤੇ ਜਾਨ ਸਰੀਰ ਤੋਂ ਅਲੱਗ ਹੁੰਦੇ ਨੇ, ਉਹ ਮੈਦਾਨੇ ਜੰਗ ਵੀ ਡਿੱਗ ਪੈਂਦੇ ਹਨ। ਸੰਗ ਬਿਨ ਰੰਗ ਰਣ ਸੋਣ ਤਨ ਪੈ ਗਈ। ਤੇ ਫਿਰ ਸੰਗ ਬਿਨ ਰੰਗ ਰਣ, ਕਵੀ ਜੀ ਕਹਿੰਦੇ ਨੇ ਬਿਨਾਂ ਸੰਗ ਸ਼ਰਮ ਤੋਂ, ਰੰਗ ਰਣ ਜੰਗ ਦੇ ਰੰਗ ਦੇ ਵਿੱਚ ਵੀਰ ਰਸ ਦੇ ਵਿੱਚ ਭਰ ਕੇ ਸਰੋਣ ਤਨ ਪੈ ਗਈ, ਤੇ ਸੂਰਮੇ ਲੜਦੇ ਨੇ ਤੇ ਉਹਨਾਂ ਦੇ ਜਿਹੜੇ ਸਰੀਰ ਨੇ ਲਹੂ ਦੇ ਨਾਲ ਭਿੱਜ ਜਾਂਦੇ ਹਨ। ਲੋ ਜਿਹੜੇ ਸੂਰਮੇ ਨੇ ਧਾਵਾ ਕਰਦੇ ਨੇ ਤੇ ਦੁਸ਼ਮਣ ਤੇ ਆਏ, ਦੁਸ਼ਮਣ ਦੇ ਨੇੜੇ ਆ ਕੇ ਰਿਸ ਖਾਏ ਤੇ ਬੜਾ ਗੁੱਸਾ ਖਾ ਕੇ ਅਸ ਜਾ ਰਹੀ, ਉਹਨਾਂ ਤੇ ਤਲਵਾਰਾਂ ਚੜਦੇ ਨੇ। ਜਦੋਂ ਸੂਰਬੀਰ ਜੰਗ ਕਰਦੇ ਨੇ, ਗੁੱਸੇ ਵਿੱਚ ਭਰੇ ਆਉਂਦੇ ਨੇ, ਦੁਸ਼ਮਣ ਦੇ ਉੱਤੇ ਸਿੱਧੇ ਵਾਰ ਕਰਦੇ ਹਨ। ਸ਼ੋਰ ਕਰ ਜ਼ੋਰ ਸਰ ਤੋਰਿਆ ਡਾਰੇ, ਤੇ ਕਈ ਸੂਰਮੇ ਸ਼ੋਰ ਕਰ, ਪਹਿਲਾਂ ਸ਼ੋਰ ਮਚਾਉਂਦੇ ਆਉਂਦੇ ਨੇ, ਰੌਲਾ ਪਾਉਂਦੇ ਆਉਂਦੇ ਨੇ, ਜੁਕਾਰੇ ਛੱਡਦਾ ਆਉਂਦਾ ਹੈ, ਤੇ ਕੋਈ ਹੋਰ ਮਾਰ ਬਕਾਰਾ ਕਰਦਾ ਆਉਂਦਾ, ਤੇ ਜ਼ੋਰ ਸਰ ਧਨਕਦੇ ਚਿੱਲੇ ਤੇ ਤੀਰ ਨੂੰ ਜੋੜ ਕੇ ਤੋਰ ਅਰ ਡਾ ਰਹੀ, ਤੇ ਦੁਸ਼ਮਣ ਨੂੰ ਮਾਰ ਕੇ ਤੇ ਫਿਰ ਉਹਨੂੰ ਹੇਠਾਂ ਧਰਤੀ ਤੇ ਤੋੜ ਕੇ ਸੁੱਟ ਦਿੰਦੇ ਹਨ। ਪ੍ਰਾਣ ਤਾਜੇ ਪੈਨਾ ਭਜ ਉਮਰਣ ਸੋਹੀ। ਲੋ ਜਿਹੜੇ ਸੂਰਬੀਰ ਨੇ ਪ੍ਰਾਣ ਤਾਜ, ਉਹ ਭਾਵੇਂ ਪ੍ਰਾਣਾਂ ਨੂੰ ਵੀ ਤਿਆਗ ਦਿੰਦੇ ਨੇ, ਪਰ ਫਿਰ ਵੀ ਮੈਦਾਨ ਛੱਡ ਕੇ ਨਹੀਂ ਭੱਜਦੇ। ਉਮਰਣ ਸੋਭ ਹੀ ਐਸੇ ਸੂਰਮੇ ਮੈਦਾਨੀ ਜੰਗ ਦੇ ਵਿੱਚ ਬੜੀ ਸੋਭਾ ਪ੍ਰਾਪਤ ਕਰਦੇ ਹਨ। ਇੱਕ ਸ਼ਬਦ ਦੇਖ ਦੁੱਤ ਨਰ ਸੁਰ ਦੋਵੇਂ। ਇਹ ਜਿਹੜੇ ਐਸੇ ਸੂਰਮੇ ਨੇ ਜੰਗ ਦੇ ਵਿੱਚ ਸਾਹਮਣੇ ਹੋ ਕੇ ਸ਼ਹੀਦੀਆਂ ਪਾਉਣ ਵਾਲੇ, ਉਹਨਾਂ ਦੀ ਛਵੀ ਸੋਭਾ ਨੂੰ ਤੇ ਸੁੰਦਰਤਾ ਨੂੰ ਵੇਖ ਕੇ ਨਾਰ ਸੁਰ ਲੋਭ ਹੀ, ਨਾਰ ਸੁਰ ਤੋਂ ਪਾਵੈ ਦੇਵਤਿਆਂ ਦੀਆਂ ਇਸਤਰੀਆਂ, ਅਪਛਰਾਂ ਤੇ ਪਰੀਆਂ ਲੁਭਾਏ ਮਾਨ ਹੋ ਰਹੀਆਂ ਹਨ। ਕਵੀ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ, ਪਾਜ ਨਹਿ ਸੂਰਮੇ ਭਜਦੇ ਨੀ ਮੈਦਾਨ ਛੱਡ ਕੇ, ਸਾਜ ਆਸ ਤਲਵਾਰਾਂ ਨੂੰ ਸ੍ਰੀ ਸਾਹਿਬਾਂ ਨੂੰ ਸਜਾ ਕੇ ਗਾਜ ਪਾਠ ਸੂਰਮੇ ਗੱਜਦੇ ਨੇ ਤੇ ਮੈਦਾਨੇ ਜੰਗ ਦੇ ਵਿੱਚ ਆਉਂਦੇ ਹਨ। ਬੜਾ ਕ੍ਰੋਧ ਗੁੱਸਾ ਧਾਰਨ ਕਰਕੇ ਬੋਧ ਹਰ ਹੋਸ਼ ਭੁਲਾ ਕੇ ਗੁੱਸੇ ਦੇ ਵਿੱਚ ਭਰ ਕੇ ਜੋਸ਼ ਦੇ ਵਿੱਚ ਭਰ ਕੇ ਯੋਧ ਅਸ ਲਾਵੇ, ਤੇ ਜਿਹੜੇ ਐਸੇ ਸੂਰਬੀਰ ਯੋਧੇ ਨੇ ਜਿਹੜੇ ਦੁਸ਼ਮਣ ਦੇ ਆ ਕੇ ਤਲਵਾਰ ਦਾ ਵਾਰ ਕਰਦੇ ਹਨ। ਜੂਜਰਨ ਤੇ ਫਿਰ ਉਹ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ, ਤੇ ਨਾਲ ਹੀ ਚਾਲ ਬ੍ਰਹਿਣ, ਬ੍ਰਹਿਣ ਦਾ ਅਰਥ ਹੈ ਜਿਹੜੇ ਉਹਨਾਂ ਨੂੰ ਫੱਟ ਲੱਗਦੇ ਨੇ, ਉਹਨਾਂ ਦਾ ਕਸ਼ਟ ਵੀ ਝੱਲਦੇ ਨੇ, ਤੇ ਫਿਰ ਸ਼ਹੀਦੀ ਦਾ ਜਾਮ ਪੀ ਕੇ ਦੇਵ ਪੁਰ ਜਾਵੇ, ਦੇਵ ਲੋਕ ਸਵਰਗਾਂ ਨੂੰ ਚਲੇ ਜਾਂਦੇ ਹਨ। ਫਿਰ ਜਦੋਂ ਸੂਰਬੀਰ ਜੰਗ ਵਿੱਚ ਸ਼ਹੀਦ ਹੁੰਦੇ ਨੇ, ਤੇ ਫਿਰ ਕੁਲ ਦੀ ਰੀਤੀ ਅਨੁਸਾਰ ਜਿਹੜੇ ਕਵੀ ਲੋਕ ਨੇ
ਤੇ ਫਿਰ ਉਹਨਾਂ ਦੀ ਜਿੱਤ ਦੇ ਗੀਤ ਨੂੰ ਗਾਉਂਦੇ ਨੇ, ਜਿਵੇਂ ਕੋਈ ਸੂਰਬੀਰ ਜਿੱਤ ਜਾਂਦਾ ਹੈ ਉਹਦੀਆਂ ਢਾਡੀ ਲੋਕ ਵਾਰਾਂ ਗਾਉਂਦੇ ਨੇ, ਕਵੀ ਵੀ ਉਹਨਾਂ ਦਾ ਜਸ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਜੰਗ ਵਿੱਚ ਸੂਰਬੀਰ ਸ਼ਹੀਦ ਹੁੰਦੇ ਨੇ ਉਹਦੀ ਰੀਤੀ ਅਨੁਸਾਰ ਕਵੀ ਲੋਕ ਉਹਨਾਂ ਦੇ ਜਿੱਤ ਦੇ ਗੀਤ ਬਣਾ ਕੇ ਗਾਉਂਦੇ ਹਨ। ਰਾਜ ਸੰਗ ਸਾਜ ਸਾਜ ਕਹਿ ਸਮੈ ਸਲਾਜ ਵੀਰ ਧਾਵੇ। ਰਾਜ ਸੰਗ ਵਿੱਚ ਕਲਗੀਧਰ ਪਾਤਸ਼ਾਹ ਜੀ ਜੰਗ ਦੀ ਕਥਾ ਲਿਖ ਰਹੇ ਨੇ। ਸਾਜ ਸਾਜ ਕਹਿ ਸਮੈ, ਸਭ ਤਰ੍ਹਾਂ ਦੇ ਸਾਜੋ ਸਾਮਾਨ ਪਾਓ ਸ਼ਸਤਰਾਂ ਵਸਤਰਾਂ ਨੂੰ ਸਜਾ ਕੇ ਸੂਰਮੇ ਸਲਾਜ ਵੀਰ ਧਾਵੇ। ਬੜੀ ਅਣਖ ਨਾਲ ਲਜਿਆ ਨੂੰ ਧਾਰਨ ਕਰਕੇ ਸੂਰਬੀਰ ਤਾਵ ਹੀ ਦੁਸ਼ਮਣ ਤੇ ਹਮਲਾ ਕਰਦੇ ਹਨ। ਜੂਝ ਕੇ ਮਰੇ ਪ੍ਰਲੋਕ ਲੋਕ ਪਾਵੇ। ਸਾਹਮਣੇ ਜੰਗ ਦੇ ਜੂਝ ਕੇ ਲੜ ਲੜ ਕੇ ਸ਼ਹੀਦੀ ਦਾ ਜਾਮ ਪੀਂਦੇ ਨੇ ਤੇ ਪ੍ਰਲੋਕ ਲੋਕ ਪਾਵੇ। ਇਸ ਲੋਕ ਤੋਂ ਜਿਹੜਾ ਪਰਲਾ ਲੋਕ ਕੀ ਹੈ, ਉਹ ਹੈ ਦੇਵ ਲੋਕ ਸਵਰਗ। ਇਸ ਦੁਨੀਆਂ ਨੂੰ ਛੱਡ ਕੇ ਤੇ ਪਰਲੋਕ ਸਵਰਗ ਨੂੰ ਪ੍ਰਾਪਤ ਕਰ ਲੈਂਦੇ ਹਨ। ਕਵੀ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ, ਤਾਏ ਤਾਏ ਕਹਿ ਹੱਠੀ, ਜਿਹੜੇ ਹੱਠ ਵਾਲੇ ਸੂਰਮੇ ਨੇ ਤਾ ਤਾ ਕੇ ਹੱਲਾ ਕਰ ਕਰਕੇ ਦੌੜ ਦੌੜ ਕੇ ਪੈਂਦੇ ਨੇ। ਅਗਾਏ ਤਾਏ ਚੇਰੇ ਤੇ ਅਗਾਏ ਤਾਏ, ਇਹਦਾ ਅਰਥ ਹੈ ਵੀ ਜਿਹੜੇ ਦੁਸ਼ਮਣ ਵੱਲੋਂ ਘਾਏ ਦਾ ਅਰਥ ਹੈ ਵਾਰ ਕੀਤੇ ਜਾਂਦੇ ਨੇ ਤੇ ਵਾਰਾਂ ਨੂੰ ਝੱਲਦੇ ਨੇ ਤੇ ਵਾਰਾਂ ਨੂੰ ਝੱਲ ਕੇ ਅਗਾਏ ਬਹੁਤ ਖੁਸ਼ ਹੁੰਦੇ ਨੇ, ਤ੍ਰਿਪਤ ਹੁੰਦੇ ਨੇ। ਭਾਵ ਇੰਨੇ ਜੋਸ਼ ਦੇ ਨਾਲ ਲੜਦੇ ਨੇ, ਜਿੰਨੇ ਮਰਜ਼ੀ ਉਹਨਾਂ ਦੇ ਫੱਟ ਲੱਗੀ ਜਾਣ ਉਹਦਾ ਦੁੱਖ ਨਹੀਂ ਮੰਨਦੇ, ਉਹਨੂੰ ਝੱਲਦੇ ਨੇ, ਖਿੜੇ ਮੱਥੇ ਜੰਗ ਦੇ ਫੱਟਾਂ ਨੂੰ ਸਹਾਰਦੇ ਨੇ ਤੇ ਨਾਲ ਬਹੁਤ ਖੁਸ਼ ਹੁੰਦੇ ਹਨ। ਕਵੀ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਪਛੇਲ ਪਾਵ ਨਾ ਪਰੇ, ਅਸਲੀ ਜਿਹੜੇ ਸੂਰਬੀਰ ਯੋਧੇ ਨੇ ਉਹਨਾਂ ਦਾ ਪੈਰ ਪਿਛਲੇ ਪਾਸੇ ਨਹੀਂ ਪੈਂਦਾ, ਪਿੱਛੇ ਨਹੀਂ ਉਹਨਾਂ ਦਾ ਕਦਮ ਪੈਂਦਾ। ਅਰੇਲ ਵੀਰ ਠੇਲ ਹੀ, ਅਰੇਲ ਦਾ ਅਰਥ ਹੈ ਤੇ ਬੜੇ ਅੜੀਅਲ, ਬੜੇ ਹਠੀਲੇ ਸੂਰਬੀਰ ਨੇ, ਠੇਲ ਹੀ ਉਹ ਦੁਸ਼ਮਣ ਨੂੰ ਪਿੱਛੇ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਕਵੀ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਕੋਪ ਓਪ ਦੈ ਸਵੈ, ਜਿਹੜੇ ਅੱਛੇ ਸੂਰਮੇ ਨੇ ਉਹ ਕ੍ਰੋਧ ਨੂੰ ਵੀ ਉਪਮਾ ਦੇ ਰਹੇ ਨੇ ਸਾਰੇ। ਇਹਦਾ ਮਤਲਬ ਜਿਹੜਾ ਕ੍ਰੋਧ ਹੈ ਉਹ ਵੀ ਉਹਨਾਂ ਤੋਂ ਹੀ ਉਪਮਾ ਲੈਂਦਾ, ਉਹਨਾਂ ਤੋਂ ਸੋਭਾ ਤੇ ਛਵੀ ਪ੍ਰਾਪਤ ਕਰਦਾ। ਭਾਵ ਬਹੁਤ ਜੋਸ਼ ਦੇ ਵੀਰ ਰਸਤੇ ਵਿੱਚ ਭਰ ਕੇ ਸਰੋਗ ਸੂਰਤ ਆਏ ਆ, ਬੜੇ ਰੋਗ ਗੁੱਸੇ ਦੇ ਨਾਲ ਸੂਰਬੀਰ ਧਾਵਾ ਕਰਦੇ ਹਨ। ਤਾਏ ਤਾਏ ਜੂਝ ਹੈ, ਤਾ ਤਾ ਕੇ ਦੌੜ ਦੌੜ ਕੇ ਅੱਗੇ ਵੱਧ ਵੱਧ ਕੇ ਜੂਝ ਹੈ, ਸ਼ਹੀਦੀਆਂ ਪਾਉਂਦੇ ਨੇ। ਅਰੂਜ ਜੂਝ ਜਾਏ ਹੈ, ਅਰੂਜ ਦਾ ਅਰਥ ਹੈ ਜੰਗ ਦੇ ਵਿੱਚ ਉਲਝ ਕੇ ਇੱਕ ਦੂਸਰੇ ਦੇ ਨਾਲ ਜੰਗ ਜੁੱਧ ਕਰਦਿਆਂ ਉਲਝ ਜਾਂਦੇ ਨੇ। ਜੂਝ ਜਾਏ ਹੈ ਫਿਰ ਸ਼ਹੀਦੀ ਦਾ ਜੰਗ ਪੀ ਲੈਂਦੇ ਹਨ। ਸ਼ਾਸਤਰ ਸ਼ਾਸਤਰ ਮੇਲ ਕੇ ਪ੍ਰਹਾਰਿਆਂ ਨੇ ਡਾਰੇ। ਇਸ ਤਰ੍ਹਾਂ ਸੂਰਮੇ ਸ਼ਸਤਰਾਂ ਤੇ ਅਸਤਰਾਂ ਨੂੰ ਮੇਲ ਕੇ ਪ੍ਰਹਾਰ ਆਣ ਡਾਰੇ ਤੇ ਆ ਕੇ ਉਹਨਾਂ ਦੇ ਵਾਰ ਕਰਦੇ ਨੇ। ਕਿਤੇ ਤੀਰ ਚਲਾਉਂਦੇ ਨੇ, ਕਦੇ ਗੋਲੀਆਂ ਚਲਾਉਂਦੇ ਨੇ, ਕਦੇ ਸੇਲੇ ਵਰਸ਼ੇ, ਕਦੇ ਤਲਵਾਰਾਂ ਤੇ ਕਦੇ ਖਟਾਰਾਂ ਦੇ ਨਾਲ ਵਾਰ ਕਰਦੇ ਹਨ। ਕਵੀ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਨਾ ਪਾਜ ਗਾਜ ਹੈ ਹੱਠੀ, ਸੂਰਮੇ ਬੜੇ ਹੱਠੀ ਨੇ, ਮੈਦਾਨੇ ਜੰਗ ਦੇ ਵਿੱਚ ਗੱਜਦੇ ਨੇ, ਲਲਕਾਰਦੇ ਨੇ ਦੁਸ਼ਮਣ ਨੂੰ। ਨਾ ਪਾਜ ਕੋਈ ਮੈਦਾਨ ਛੱਡ ਕੇ ਨਹੀਂ ਭੱਜਦਾ ਤੇ ਨਿਸ਼ੰਕ ਕਾਏ ਮਾਰ ਹੀ ਨਿਚੱਕ ਹੋ ਕੇ ਦੁਸ਼ਮਣ ਦੇ ਉੱਤੇ ਵਾਰ ਕਰਦੇ ਨੇ ਤੇ ਮੌਤ ਦੀ ਘਾਟ ਉਤਾਰ ਦਿੰਦੇ ਹਨ। ਜੰਗੀ ਵਾਜੇ ਨੇ ਮਰਦੰਗ ਢੋਲ ਤੇ ਬਾਂਸਰੀਆਂ ਤੇ ਸੁਨਾਈਆਂ ਤੇ ਝਾਂਜ ਦਾ ਅਰਥ ਹੈ ਝਾਂਜਰਾਂ ਵੀ ਵੱਜ ਰਹੀਆਂ ਨੇ, ਅਥਵਾ ਝਾਂਜ ਜਿਹੜੇ ਛੈਣੇ ਨੇ ਕਈ ਸੂਰਬੀਰ ਹੱਥਾਂ ਨੂੰ ਬੰਨ ਲੈਂਦੇ ਨੇ ਘੁੰਗਰੂ ਜੇ ਤੇ ਉਹ ਵੀ ਵੱਜ ਰਹੇ ਹਨ। ਜਿਹੜੇ ਬਲੀ ਸੂਰਮੇ ਨੇ ਤੇ ਸਪਾਵ ਰੂਪ ਕਹਿ ਬਲੀ, ਉਹ ਆਪਣੇ ਸੋ ਭਲੀ ਪ੍ਰਕਾਰ ਪੈਰਾਂ ਨੂੰ ਰੋ ਕੇ ਭਾਵ ਅੱਗੇ ਚੰਗੀ ਤਰ੍ਹਾਂ ਪੈਰ ਜਮਾ ਕੇ ਸਕੋਪ ਆਨ ਗਾਜ ਹੈ ਤੇ ਬੜੇ ਗੁੱਸੇ ਵਿੱਚ ਭਰੇ ਸੂਰਮੇ ਆ ਕੇ ਗੱਜਦੇ ਹਨ। ਜਿਹੜੇ ਹੱਠ ਵਾਲੇ ਸੂਰਮੇ ਨੇ ਤੇ ਉਹ ਬੂਝ ਬੂਝ ਕੇ ਸਮਝ ਸਮਝ ਕੇ ਅਥਵਾ ਬੂਝ ਬੂਝ ਕੇ ਪੁੱਛ ਪੁੱਛ ਕੇ ਵੀ ਕਿਹੜਾ ਸੂਰਬੀਰ ਬਹਾਦਰ ਹੈ ਆਵੇ ਸਾਡੇ ਸਾਹਮਣੇ
ਅਰੂਜ ਆਨ ਜੂਜ ਹੈ ਉਹਦੇ ਨਾਲ ਅਰੂਜ ਹੈ ਦਾ ਅਰਥ ਵੀ ਉਲਝ ਜਾਂਦੇ ਨੇ, ਉਹਦੇ ਨਾਲ ਆਹਮੋ ਸਾਹਮਣੇ ਹੋ ਕੇ ਲੜਾਈ ਕਰਦੇ ਨੇ, ਤੇ ਨਾਲ ਹੀ ਜੂਜ ਹੈ ਫਿਰ ਉਹ ਸ਼ਹੀਦੀ ਦਾ ਜਾਮ ਪੀ ਲੈਂਦੇ ਹਨ। ਉਸ ਵੇਲੇ ਅੰਧ ਧੁੰਦ ਮੱਚ ਗਈ ਹੈ, ਇਧਰ ਉਧਰ ਮਤਲਬ ਹਨੇਰਾ ਹੀ ਹਨੇਰਾ, ਮਿੱਟੀ ਘਰ ਦਾ ਗੁਬਾਰ ਚੜ ਗਿਆ ਹੈ, ਦਿਸ਼ਾ ਵਿਸ਼ਾ ਨਾ ਸੂਝ ਹੈ, ਕੋਈ ਦਿਸ਼ਾ ਤੇ ਵਿਦਿਸ਼ਾ ਨਜ਼ਰ ਨਹੀਂ ਆਉਂਦੀ, ਕਿਉਂਕਿ ਜਦੋਂ ਬਹੁਤਾ ਭਿਆਨਕ ਜੰਗ ਹੁੰਦਾ ਹੈ ਨਾ, ਤੇ ਉਸ ਵੇਲੇ ਬਹੁਤ ਸਾਰਾ ਗਰਦਾ ਗੁਬਾਰ ਬਰੂਦ ਦਾ ਧੂੰਆਂ ਇਹਨਾਂ ਅਸਮਾਨ ਦੇ ਵਿੱਚ ਚੜ ਜਾਂਦਾ ਹੈ, ਕੋਈ ਦਿਸ਼ਾ ਤੇ ਵਿਦਿਸ਼ਾ ਦੇ ਬਾਰੇ ਵੀ ਸਮਝ ਨਹੀਂ ਆਉਂਦੀ, ਕਿੱਧਰੋਂ ਆਉਣਾ ਹੈ, ਕਿੱਧਰੋਂ ਆਇਆ, ਕਿੱਧਰ ਨੂੰ ਜਾਣਾ ਹੈ। ਕਵੀ ਸਤਿਗੁਰੂ ਜੀ ਫਰਮਾਉਂਦੇ ਨੇ ਸਰੂਪ ਕਾਲ ਕੇਸਰੀ ਦੀ ਜਿਹੜਾ ਕਲਕੀ ਹੈ ਬੜੇ ਗੁੱਸੇ ਦੇ ਵਿੱਚ, ਜਿਵੇਂ ਕੋਈ ਕੇਸਰੀ ਦਾ ਅਰਥ ਹੁੰਦਾ ਬੱਬਾ ਸ਼ੇਰ ਹੁੰਦਾ, ਸੰਘਾਰ ਸੈਨ ਤਾਏ ਹੈ, ਧਾਵਾ ਕਰ ਕਰਕੇ ਸੰਭਰ ਨਰੇਸ਼ ਦੀ ਸੈਨਾ ਨੂੰ ਮਾਰ ਰਿਹਾ ਹੈ। ਦੂਸਰਾ ਇਹਦਾ ਅਰਥ ਇਹ ਵੀ ਕੀਤਾ ਹੈ ਵਿਦਵਾਨਾਂ ਨੇ, ਸਰੂਪ ਕਾਲ ਕੇਸਰੀ ਜਿਹੜੀ ਕਾਲੀ ਦੇਵੀ ਹੈ, ਚੰਡੀ ਦੇਵੀ ਹੈ, ਤੇ ਉਹ ਕੇਸਰੀ ਦਾ ਅਰਥ ਹੈ ਸ਼ੇਰ ਦੀ ਅਸਵਾਰੀ ਕਰਨੀ, ਤੇ ਜਿਹੜਾ ਉਹਦਾ ਸ਼ੇਰ ਹੈ, ਜਿਹੜਾ ਦੇਵੀ ਦਾ ਵਾਹਨ ਸ਼ੇਰ ਹੈ, ਬੜੇ ਗੁੱਸੇ ਦੇ ਵਿੱਚ ਉਹ ਵੀ ਬਹੁਤ ਸਾਰੀ ਦੁਸ਼ਮਣ ਦੀ ਫੌਜ ਨੂੰ ਮਾਰ ਰਿਹਾ ਹੈ। ਅਗਸਤ ਸਿੰਧ ਕੀ ਜਿਨੂੰ ਪਚਾਏ ਸਨ ਜਾਏ ਹੈ, ਜਿਵੇਂ ਅਗਸਤ ਮੁਨੀ ਨੇ ਸਮੁੰਦਰ ਪੀ ਲਿਆ ਸੀ, ਸਮੁੰਦਰ ਦਾ ਸਾਰਾ ਪਾਣੀ ਉਸਨੇ ਖੁਸ਼ ਕਰ ਦਿੱਤਾ ਸੀ, ਪਚਾਏ ਸਨ ਜਾਏ ਹੈ, ਇਸੇ ਤਰ੍ਹਾਂ ਇਹ ਜਿਹੜਾ ਵੀ ਇਹ ਸ਼ੇਰ ਹੈ ਕਲਕੀ ਅਵਤਾਰ, ਤੇ ਜਾਂ ਉਸ ਚੰਡੀ ਦਾ ਵਾਹਨ ਜਿਹੜਾ ਸ਼ੇਰ ਹੈ, ਮਾਨੋ ਸਾਰੀ ਫੌਜ ਨੂੰ ਸਮੁੰਦਰ ਦੇ ਪਾਣੀ ਵਾਂਗੂ ਪੀ ਜਾਵੇਗਾ, ਸਭ ਨੂੰ ਨਿਗਲ ਜਾਵੇਗਾ, ਸਭ ਨੂੰ ਸਮਾਪਤ ਕਰ ਦੇਵੇਗਾ। ਲੋ ਬਹੁਤ ਸਾਰੇ ਜਿਹੜੇ ਸੂਰਮੇ ਨੇ ਸੰਘਾਰ ਬਾਹਨ ਇਸ਼ਕੋ, ਜਿਹੜੇ ਫੌਜਾਂ ਦੇ ਜਰਨੈਲ ਨੇ, ਸਿਪਾ ਸਲਾਰ ਨੇ, ਉਹਨਾਂ ਨੂੰ ਮਾਰ ਕੇ ਅਨੀਸ ਤੀਰ ਗਾਜ ਹੈ, ਤੇ ਜਿਹੜਾ ਅਨੀਸ ਜਿਹੜਾ ਫੌਜਾਂ ਦਾ ਰਾਜਾ ਸੰਭਵ ਨਰੇਸ਼ ਹੈ, ਉਹਦੇ ਕੋਲੇ ਹੋ ਕੇ ਸੂਰਮੇ ਗਾਜਦੇ ਨੇ, ਤੇ ਨਾਲ ਫੌਜਾਂ ਦੇ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਕਵੀ ਸਤਿਗੁਰੂ ਜੀ ਫਰਮਾਉਂਦੇ ਨੇ ਬਸ਼ੇਖ ਜੁੱਧ ਮੰਡ ਹੈ, ਤੇ ਸੂਰਬੀਰ ਬਹੁਤ ਭਿਆਨਕ ਤੇ ਬਹੁਤ ਘਮਸਾਨ ਦਾ ਜੰਗ ਮੰਡ ਹੈ ਦਾ ਅਰਥ ਵੀ ਉਹ ਕਰ ਰਹੇ ਨੇ। ਅਸੇਖ ਸ਼ਸਤਰ ਬਾਜ ਹੈ, ਤੇ ਅਸੇਖ ਦਾ ਅਰਥ ਹੈ ਅਣਗਿਣਤ ਸ਼ਸਤਰ, ਉਹ ਇੱਕ ਦੂਸਰੇ ਤੇ ਵੱਜਦੇ ਨੇ, ਤੇ ਖੜਕਾ ਹੋ ਰਿਹਾ ਹੈ। ਕਵੀ ਸਤਿਗੁਰੂ ਜੀ ਸਵਈਏ ਛੰਦ ਵਿੱਚ ਜੰਗ ਦੀ ਕਥਾ ਲਿਖਦੇ ਨੇ, ਆਵਤ ਹੀ ਨਿਰਪਕੇ ਦਲ ਤੇ, ਜਦੋਂ ਸੰਭਵ ਨਰੇਸ਼ ਦੀਆਂ ਫੌਜਾਂ ਆਈਆਂ ਨੇ, ਤੇ ਆਉਂਦਿਆਂ ਸਾਰ ਹੀ ਕਲਕੀ ਅਵਤਾਰ ਨੇ ਫੌਜਾਂ ਵੱਲ ਤੱਕਿਆ, ਹਰ ਤੋਂ ਭਾਵ ਹੈ ਜਿਹੜਾ ਕਲਕੀ ਅਵਤਾਰ ਹੈ। ਬਾਜ ਕਰੀ ਰਥ ਕੋਟਕ ਕੋਟੇ, ਬਹੁਤ ਸਾਰੇ ਜਿਹੜੇ ਘੋੜੇ ਸਨ, ਕਰੀ ਹਾਥੀਆਂ ਵਾਲੇ ਸਵਾਰ ਸਨ, ਤੇ ਰਥਾਂ ਵਾਲੇ ਸਨ, ਕਰੋੜਾਂ ਦੀ ਗਿਣਤੀ ਵਿੱਚ ਜਿਹੜੇ ਦੁਸ਼ਮਣ ਚੜ੍ਹ ਕੇ ਆਏ, ਤੇ ਕਲਕੀ ਅਵਤਾਰ ਨੇ ਕੁੱਟੇ, ਸਾਰੇ ਕੁੱਟੇ ਨੇ, ਸਾਰਿਆਂ ਨੂੰ ਕੁੱਟਿਆ, ਮਾਰਿਆ, ਡਾਂਟਿਆ, ਤੇ ਉਹਨਾਂ ਨੂੰ ਭਾਜਣਾ ਪਾਈਆਂ। ਕਵੀ ਕਲਗੀਧਰ ਪਾਤਸ਼ਾਹ ਜੀ ਲਿਖਦੇ ਨੇ, ਸਾਜ ਗਿਰੇ ਨਿਰਪਰਾਜ ਕਹੂੰ, ਕਈ ਸੂਰਮਿਆਂ ਦੇ ਸਾਜੋ ਸਾਮਾਨ ਸ਼ਸਤਰ ਬਸਤਰ ਡਿੱਗ ਪਏ ਨੇ, ਤੇ ਨਿਰਪਰਾਜ ਕਹੂੰ, ਕਈ ਜਿਹੜੇ ਰਾਜੇ ਨੇ ਤੇ ਉਹ ਵੀ ਜੰਗ ਦੇ ਵਿੱਚ ਡਿੱਗ ਚੁੱਕੇ ਨੇ, ਬਰਬਾਦ ਫਿਰੇ ਇਹ ਨਾਵਤ ਸੂਚੇ, ਤੇ ਬਰਬਾਦ ਜਿਹੜੇ ਸੋਹਣੇ ਘੋੜੇ ਨੇ, ਬੜੇ ਕੀਮਤੀ ਘੋੜੇ ਨੇ, ਤੇ ਉਹਨਾਂ ਦੇ ਅਸਵਾਰ ਰਾਜੇ ਮਹਾਰਾਜੇ ਜਰਨੈਲ ਮਾਰੇ ਜਾ ਚੁੱਕੇ ਨੇ, ਉਹ ਜਿਹੜੇ ਬਿਨਾਂ ਹੀ ਅਸਵਾਰਾਂ ਤੋਂ ਉਹ ਖੁੱਲੇ ਹੀ ਘੋੜੇ ਹਿਣਕਦੇ ਫਿਰਦੇ ਹਨ। ਕਵੀ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਬਈ ਤਾਜ ਕਹੂੰ, ਕਿਤੇ ਰਾਜਿਆਂ ਦੇ ਤਾਜ ਜਿਹੜੇ ਮੁਕਟ ਡਿੱਗੇ ਪਏ ਨੇ, ਤੇ ਕਿਤੇ ਗਜ ਰਾਜ ਰਣ, ਕਿਤੇ ਜੰਗ ਦੇ ਵਿੱਚ ਬੜੇ ਬੜੇ ਹਾਥੀ ਰਾਜਿਆਂ ਦੇ ਉਹ ਮਾਰੇ ਗਏ ਨੇ, ਉਹ ਡਿੱਗੇ ਪਏ ਨੇ, ਤੇ ਕਈ ਸੂਰਮੇ ਨੇ ਉਹ ਕੱਟ ਕੇਸਰ ਤੇ ਗਏ ਕਿਸਨ ਜੁਟੇ, ਉਹ ਇੱਕ ਦੂਸਰੇ ਦੇ ਕੇਸਾਂ ਨੂੰ ਪਕੜਦੇ ਨੇ। ਜਦੋਂ ਕਈ ਵਾਰੀ ਜੰਗ ਕਰਦਿਆਂ ਲੜਾਈ ਕਰਦਿਆਂ ਕੇਸ ਖੋਲ ਜਾਂਦੇ ਨੇ, ਇੱਕ ਸੂਰਮਾ ਕੇਸਾਂ ਤੋਂ ਪਕੜਦਾ, ਦੂਜਾ ਉਹਦੇ ਕੇਸ ਪਕੜ ਲੈਂਦਾ,
ਕਿਸੋ ਕੁਸੀ ਹੋ ਕੇ ਵੀ ਕਈ ਸੂਰਮੇ ਮੈਦਾਨੇ ਜੰਗ ਦੇ ਵਿੱਚ ਲੜ ਰਹੇ ਹਨ। ਕੌਣ ਸਮਾਨ ਵਹਿ ਕਲਵਾਨ ਸਭੇ ਅਰਬਾਦਰ ਸੇ ਚਲ ਫੂਟੇ। ਕਵੀ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਕੌਣ ਸਮਾਨ ਵਹਿ ਕਲਵਾਨ, ਉਹ ਕਲਕੀ ਅਵਤਾਰ ਦੇ ਜਿਹੜੇ ਬਾਣ ਤੀਰ ਨੇ ਹਵਾ ਵਾਂਗੂ ਚੱਲ ਰਹੇ ਨੇ, ਬੜੀ ਫੁਰਤੀ ਨਾਲ ਬੜੀ ਤੇਜ਼ੀ ਦੇ ਨਾਲ ਤੀਰ ਚੱਲ ਰਹੇ ਨੇ। ਤੇ ਸਭੇ ਅਰ ਬਾਦਰ ਸੇ ਚਲ ਛੂਟੇ ਤੇ ਫੂਟੇ, ਜਿਹੜੇ ਦੁਸ਼ਮਣ ਦੇ ਜਿਹੜੇ ਦਲ ਸਨ ਜਿਵੇਂ ਬੱਦਲ ਹਵਾ ਦੇ ਨਾਲ ਉੱਡ ਜਾਂਦੇ ਨੇ, ਫੁੱਟ ਜਾਂਦੇ ਨੇ, ਖਿੰਡ ਜਾਂਦੇ ਨੇ, ਉੱਡ ਜਾਂਦੇ ਨੇ, ਇਸੇ ਤਰ੍ਹਾਂ ਕਲਕੀ ਅਵਤਾਰ ਦੇ ਤੀਰਾਂ ਦੇ ਨਾਲ ਸੰਭਲ ਨਰੇਸ਼ ਦੀ ਜਿਹੜੀ ਫੌਜ ਹੈ ਉਹ ਬੱਦਲ ਵਾਂਗੂ ਉਹ ਉੱਡ ਗਈ ਹੈ ਤੇ ਉਹ ਸਾਰੀ ਉਹ ਮੈਦਾਨੀ ਜੰਗ ਛੱਡ ਕੇ ਭੱਜ ਗਈ ਹੈ ਜਾਂ ਮੌਤ ਦੇ ਘਾਟ ਉਸਨੂੰ ਉਤਾਰ ਦਿੱਤਾ ਗਿਆ ਹੈ। ਇਹ ਹੈ ਕਲਕੀ ਦੇ ਜੰਗ ਦੀ ਕਥਾ ਜੋ ਸੰਗਤਾਂ ਨੇ ਬੜੇ ਪ੍ਰੇਮ ਤੇ ਸ਼ਰਧਾ ਤੇ ਬੜੇ ਪਿਆਰ ਦੇ ਨਾਲ ਸਰਵਣ ਕੀਤੀ ਹੈ। ਕੱਲ੍ਹ ਨੂੰ ਵੀ ਇਹ ਕਥਾ ਇਸੇ ਤਰ੍ਹਾਂ ਹੋਵੇਗੀ। ਸੋ ਸੰਗਤਾਂ ਨੇ ਇਸ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਿੱਖ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ, ਸਾਰੇ ਨੌਜਵਾਨਾਂ ਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।